ਪਰ ਬਾਤ ਚ ਇੱਕ ਐਸੀ ਦੌੜ ਜਿਹੜੀ ਆ ਕੋਲੂ ਦੇ ਬੈਲ ਵਾਲੀ ਦੌੜ ਸ਼ੁਰੂ ਹੁੰਦੀ ਆ ਕਿ ਸਾਡਾ ਬਹੁਤ ਕੁਝ ਜਿਹੜਾ ਉਹ ਪਿੱਛੇ ਛੋਟ ਗਿਆ। ਉਹ ਵੀ ਚੀਜ਼ਾਂ ਜਿੱਥੇ ਫੇ ਪੀਆਰ ਉਹਨੇ ਇੱਥੇ ਪਾਲਦੇ ਨੇ। ਹੁਣ ਮੇਰੇ ਕੋ ਕੋਈ ਬੰਦਾ ਪੁੱਛੇ ਭਾਜੀ ਮੈਂ ਘਰ ਲੈਣਾ। ਕਿਦਾਂ ਦਾ ਲਵਾਂ? ਹਾਲਾਂਕਿ ਮੈਂ ਕੋਈ ਪ੍ਰਾਪਰਟੀ ਏਜੰਟ ਨਹੀਂ। ਪਰ ਮੈਂ ਇਹ ਸਵਾਲ ਜ਼ਰੂਰ ਪੁੱਛਦਾ ਹੁੰਨਾ ਕਿ ਇਜ਼ ਇਟ ਯੂਰ ਨੀਡ? ਤੇ ਮੈਂ ਹਮੇਸ਼ਾ ਇਹ ਕਹਿੰਦਾ ਵੀ ਘਰ ਕੋ ਲੋ ਜਿੱਚ ਤੁਹਾਨੂੰ ਨੀਂਦ ਸੌਖੀ ਆਉਂਦੀ। ਠੀਕ ਹੈ ਨਾ? ਤੇ ਤੁਸੀਂ ਜਦੋਂ ਸਟਾਰਟਿੰਗ ਤੇ ਸਵਾਲ ਕੀਤਾ ਵੀ ਇਹ ਇਸ਼ੂਸ ਕਿਉਂ ਹੁੰਦੇ ਇਸ਼ੂਸ ਤਾਂ ਹੁੰਦੇ ਜਦੋਂ ਤੁਸੀਂ ਆਪਾਂ ਗੱਲ ਕਰਦੇ ਵੀ ਚਾਦਰ ਵੇਖ ਕੇ ਪੈਰ ਰਸਾਰੋ ਮੈਂ ਗੁਰਪ੍ਰੀਤ ਕੋ ਗੀ ਹੁਣਾ ਤਾਂ ਮੈਨੂੰ ਇੱਕ ਡਾਇਲੌਗ ਬਹੁਤ ਸੋਹਣਾ ਲੱਗਦਾ ਮੈਂ ਬਹੁਤ ਵਾਰ ਸੁਣਦਾ ਹਾਂ ਨਾ ਉਹ ਅਕਸਰ ਕਹਿੰਦੇ ਹੁੰਦੇ ਕਿ ਕਹਿੰਦੇ ਕਿ ਲੋੜਾਂ ਜਿਹੜੀਆਂ ਆ ਉਹ ਫਕੀਰਾਂ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਤੇ ਖੁਆਇਸ਼ਾਂ ਰਾਜਿਆਂ ਦੀਆਂ ਬਾਦਸ਼ਾਹਾਂ ਦੀਆਂ ਨਹੀਂ ਪੂਰੀਆਂ ਨਹੀਂ ਹੁੰਦੀ ਜਿਹੜੀ ਜ਼ਿੰਦਗੀ ਹੈ ਨਾ ਉਹ ਐਕਸਪ੍ਰੈਸ ਕਰਨ ਲਈ ਇਮਪ੍ਰੈਸ ਕਰਨ ਲਈ ਨਹੀਂ ਬਿਲਕੁਲ ਪ੍ਰੋਬਲਮ ਸੀ ਜਿਹੜੀ ਟੈਨਸ਼ਨ ਹੈ ਹੀ ਹੈ ਇੰਜੋਏ ਕਰਨ ਦੀ ਵੀ ਟੈਨਸ਼ਨ ਹੈ ਤੁਸੀਂ ਸਵੇਰੇ ਉੱਠ ਕੇ ਸੋਸ਼ਲ ਮੀਡੀਆ ਖੋਲੋ ਫਲਾਣਾ ਉੱਥੇ ਚੱਲ ਗਿਆ ਢਿੰਗੜਾ ਉੱਥੇ ਚੱਲ ਗਿਆ ਬੰਦਾ ਤੁਸੀਂ ਤਾਂ ਮੈਂ ਹੀ ਬੀਫ ਕੁਕ ਕਰੇ ਬੈਠਾ ਜੀ ਹਾਂਜੀ ਸਵਾਗਤ ਇੱਕ ਵਾਰ ਫਿਰ ਤੋਂ ਤੁਹਾਡਾ ਐਂਡੋਜ਼ ਪੋਡਕਾਸਟ ਸੀਰੀਜ਼ ਦੀ ਅਗਲੀ ਕਿਸ਼ਤ ਦੇ ਵਿੱਚ ਤੇ ਸਾਡੇ ਇੰਡਸ ਟੀਵੀ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਪੋਡਕਾਸਟ ਦੀ ਸੀਰੀਜ਼ ਕੀਤੀ ਜਾ ਰਹੀ ਹੈ ਇਹਦੇ ਵਿੱਚੋਂ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਕੋਈ ਨਾ ਕੋਈ ਬਦਲਾਵ ਲਿਆਂਦਾ ਜਾਵੇ ਤੇ ਜਿਹੜਾ ਅੱਜ ਦਾ ਪੋਡਕਾਸਟ ਹੈ ਇਹ ਵੀ ਮੈਂ ਯਕੀਨ ਦਵਾਉਣਾ ਕਿ ਤੁਹਾਨੂੰ ਸਾਰਿਆਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੂਗਾ ਕੁਝ ਨਾ ਕੁਝ ਐਸੀਆਂ ਗੱਲਾਂ ਜਿਹੜੀਆਂ ਸਾਡੇ ਸਾਰਿਆਂ ਦੀਆਂ ਜ਼ਿੰਦਗੀਆਂ ਨਾਲ ਰਿਲੇਟ ਕਰਦੀਆਂ ਆ ਕਿਉਂਕਿ ਅਸੀਂ ਜਦੋਂ ਘਰਾਂ ਤੋਂ ਬਾਹਰਲੇ ਦੇਸ਼ਾਂ ਨੂੰ ਤੁਰਦੇ ਆ ਤੇ ਡਾਲਰਾਂ ਦੇ ਨਾਲ ਆਪਣੇ ਬੈਗਾਂ ਦੇ ਵਿੱਚ ਵੱਡੇ ਵੱਡੇ ਸੁਪਨੇ ਵੀ ਪਾ ਕੇ ਹੁੰਨੇ ਆ ਤੇ ਉਹਨਾਂ ਸੁਪਨਿਆਂ ਨੂੰ ਸ਼ੁਰੂ ਕਰਨ ਲਈ ਫਿਰ ਇੱਥੇ ਵਿਦੇਸ਼ਾਂ ਦੀ ਧਰਤੀ ਤੇ ਆ ਕੇ ਇੱਕ ਐਸੀ ਦੌੜ ਦੇ ਵਿੱਚ ਲੱਗ ਜਾਂਦੇ ਆ ਕਿ ਸਾਡਾ ਬਾਕੀ ਜਿਹੜਾ ਬਹੁਤ ਕੁਛ ਆ ਸਾਡੇ ਬੱਚੇ ਸਾਡਾ ਪਰਿਵਾਰ ਸਾਡੀਆਂ ਜ਼ਿੰਦਗੀਆਂ ਬਹੁਤ ਕੁਝ ਪਿੱਛੇ ਛੁੱਟ ਜਾਂਦਾ ਆ ਤੇ ਫਿਰ ਉਹ ਜਿਹੜੀ ਮੈਂਟਲ ਸਟੇਟ ਆ ਇੱਕ ਡਿਪਰੈਸ਼ਨ ਨੂੰ ਐਂਗਜ਼ਾਇਟੀ ਨੂੰ ਜਨਮ ਦਿੰਦੀ ਆ ਸੋ ਅੱਜ ਦੇ ਜਿਹੜੇ ਪੋਡਕਾਸਟ ਦੇ ਵਿੱਚ ਆਪਾਂ ਗੱਲਾਂ ਕਰਾਂਗੇ ਮੈਂਟਲ ਹੈਲਥ ਦੀਆਂ ਤੇ ਮੇਰੇ ਨਾਲ ਭਾਈ ਜਸਵਿੰਦਰ ਹੁਣ ਇਸ ਪੋਡਕਾਸਟ ਦੇ ਵਿੱਚ ਮੇਰਾ ਸਾਥ ਦੇਣਗੇ ਤੇ ਭਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਜੀ ਤੁਹਾਡਾ ਇੰਡਸਟਰੀ ਟੀਵੀ ਤੇ ਤੁਹਾਡਾ ਜੀ ਬਹੁਤ ਬਹੁਤ ਸਵਾਗਤ ਹਾਲਾਂਕਿ ਮੈਂ ਆਪਣੇ ਆਪ ਨੂੰ ਇਸ ਕਾਬਿਲ ਨਹੀਂ ਸਮਝਦਾ ਕਿ ਮੈਂ ਕਿਸੇ ਨੂੰ ਗਿਆਨ ਦੇ ਸਕਾਂ ਬਟ ਇਸ ਫੀਲਡ ਦੇ ਵਿੱਚ 3-4 ਸਾਲ ਕੰਮ ਕਰਕੇ ਮੈਂਟਲ ਹੈਲਥ ਦੀ ਸਟੱਡੀ ਕਰਕੇ ਕਾਉਂਸਲਿੰਗ ਦਾ ਕੋਰਸ ਕਰਕੇ ਹੂੰ ਤੇ ਕੁਝ ਕੇ ਮੈਨੂੰ ਆਪਣੇ ਇੰਡੀਅਨ ਕਲਾਇੰਟਸ ਮਿਲੇ ਤੇ ਜਦੋਂ ਮੈਂ ਉਹਨਾਂ ਦਾ ਡਿਫਰੈਂਸ਼ੀਏਟ ਕਰਦਾ ਹਾਂ ਤੇ ਮੈਂ ਦੇਖਦਾ ਕਿ ਆਪਾਂ ਇਸ ਚੀਜ਼ ਨੂੰ ਲੈ ਕੇ ਬਹੁਤ ਪਿੱਛੇ ਆ ਅੱਛਾ ਜੀ ਤੇ ਜਿੱਦਾਂ ਕਿ ਆਪਾਂ ਅਕਸਰ ਹੀ ਜਿਮ ਦੇ ਵਿੱਚ ਗੱਲਾਂ ਕਰਦੇ ਹਾਂ ਵੀ ਆਪਾਂ ਨੇ ਇਸ ਮੁੱਦੇ ਬਾਰੇ ਬੋਲਣਾ ਚਾਹੀਦਾ ਤੇ ਅੱਜ ਆਪਾਂ ਫਾਰਮਲੀ ਇਸ ਮੁੱਦੇ ਬਾਰੇ ਗੱਲ ਕਰ ਰਹੇ ਹਾਂ ਬਿਲਕੁਲ ਬਾਈ ਹੁਣਾਂ ਨਾ ਮੇਰੀ ਜਿਹੜੀ ਸਭ ਤੋਂ ਪਹਿਲੀ ਮਲਕਾਤ ਆ ਉਹ ਜਿਮ ਦੇ ਵਿੱਚ ਹੋਈ ਸੀ ਤੇ ਅਜੇ ਸਾਨੂੰ ਮਿਲਿਆ ਨੂੰ ਬਹੁਤਾ ਜਿਆਦਾ ਸਮਾਂ ਨਹੀਂ ਹੋਇਆ ਕੁਝ ਕੁ ਮਹੀਨੇ ਹੋਏ ਆ ਪਰ ਸਾਡੀ ਮੇਰੇ ਖਿਆਲ ਸੋਚ ਕਾਫੀ ਰਲਦੀ ਆ ਮੈਂ ਜਿੱਦਾਂ ਬਾਈ ਉਹਨਾਂ ਨੇ ਦੱਸਿਆ ਕਿ ਇਹਨਾਂ ਨੇ ਮੈਂਟਲ ਹੈਲਥ ਦੇ ਉੱਤੇ ਸਟੱਡੀ ਕੀਤੀ ਹੈ ਡਿਪਲੋਮਾ ਕੀਤਾ ਤੇ ਇੱਕ ਕੁਆਲੀਫਾਈਡ ਕਾਉਂਸਲਰ ਆ ਤੇ ਸਾਡੀਆਂ ਅਕਸਰ ਹਰ ਰੋਜ਼ ਜਿਮ ਦੇ ਵਿੱਚ ਇਹ ਗੱਲਾਂ ਬਾਤਾਂ ਹੁੰਦੀਆਂ ਤੇ ਅੱਜ ਅਸੀਂ ਸੋਚਿਆ ਕਿ ਇਹਨਾਂ ਨੂੰ ਰਿਕਾਰਡ ਕੀਤਾ ਜਾਵੇ ਤਾਂ ਜੋ ਜਿਹੜੀ ਸਾਡੀ ਕਮਿਊਨਿਟੀ ਆ ਜਿਹੜੀ ਮੈਂਟਲ ਹੈਲਥ ਨੂੰ ਬਾਈ ਜਿੰਨਾ ਜਿਆਦਾ ਰੈਕੋਗਨਾਈਜ਼ ਨਹੀਂ ਕਰਦੀ ਇਸ ਦੇ ਤੇ ਕਿਉਂਕਿ ਗੱਲ ਜਿਹੜੀ ਆ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਘੱਟ ਹੁੰਦੀ ਆ ਸੋ ਮੈਂ ਸ਼ੁਰੂਆਤ ਇੱਕ ਬੜੇ ਫਾਰਮਲ ਜਿਹੇ ਸਵਾਲ ਤੋਂ ਕਰਨੀ ਚਾਹੂੰਗਾ ਕਿ ਤੁਸੀਂ ਮੈਂਟਲ ਹੈਲਥ ਦਾ ਜੇ ਆਪਾਂ ਕੀ ਇੱਕ ਡੈਫੀਨੇਸ਼ਨ ਮੈਂਟਲ ਹੈਲਥ ਕੀ ਹੁੰਦੀ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਲਾਈਫ ਇੱਕ ਬੈਲੈਂਸ ਹੈ ਜੀ ਤੇ ਲਾਈਫ ਦੀ ਜਿਹੜੀ ਹਸਟਲ ਬਸਟਲ ਆ ਉਹਦੇ ਵਿੱਚ ਬੰਦਾ ਕਦੋਂ ਰੁੜ ਜਾਂਦਾ ਹਮ ਬੰਦੇ ਨੂੰ ਆਪ ਨੂੰ ਨਹੀਂ ਪਤਾ ਲੱਗਦਾ ਹਮ ਕਿਉਂਕਿ ਪਰਿਵਰਤਨ ਸੰਸਾਰ ਦਾ ਸਭ ਤੋਂ ਵੱਡਾ ਨਿਯਮ ਹੈ ਜੀ ਜਿੱਦਾਂ ਜਿੱਦਾਂ ਲਾਈਫ 'ਚ ਚੇਂਜੇਸ ਆਉਂਦੇ ਆ ਸਾਨੂੰ ਵੀ ਆਪਣੀ ਫਿਜ਼ੀਕਲ ਹੈਲਥ ਤੇ ਮੈਂਟਲ ਹੈਲਥ ਨੂੰ ਉਸ ਹੱਬ ਨਾਲ ਮੇਨਟੇਨ ਕਰਨਾ ਪੈਂਦਾ ਹੂੰ ਜਦੋਂ ਦਿਮਾਗ ਦੇ ਉੱਤੇ ਲੋਡ ਤੋਂ ਵੱਧ ਪ੍ਰੈਸ਼ਰ ਹੈ ਜੀ ਯੂ ਸuffer more in imagination than in reality ਤੇ ਬੰਦਾ ਸੋਚਦਾ ਜ਼ਿਆਦਾ ਹੂੰ ਜਾਂ ਉਹਦੇ ਜਿਹੜੇ ਰਿਲੇਸ਼ਨਸ਼ਿਪ ਆ ਆਪਣੇ ਪਿਆਰਿਆਂ ਦੇ ਨਾਲ ਘਟ ਰਹੇ ਆ ਹੂੰ ਜਾਂ ਉਹਨੂੰ ਸੈਟੀਸਫੈਕਸ਼ਨ ਨਹੀਂ ਮਿਲ ਰਿਹਾ ਜੀ ਤੇ ਹੌਲੀ-ਹੌਲੀ ਉਹ 네ਗੇਟਿਵ ਸਾਈਡ ਨੂੰ ਜਾ ਰਿਹਾ ਜੀ ਤੇ ਉਹਨੂੰ ਕੋਈ ਰੋਕ ਵੀ ਨਹੀਂ ਰਿਹਾ ਉਕੇਲੇ ਪਿਆਂ ਦੇ ਵਿੱਚ ਉਦੋਂ ਨੂੰ ਰੋੜਦਾ ਹੀ ਜਾ ਰਿਹਾ ਤੇ ਜਦੋਂ ਇਹ ਟੂ ਲੇਟ ਹੋ ਜਾਂਦਾ ਤੇ ਫਿਰ ਉਥੋਂ ਇਹ ਪ੍ਰੋਬਲਮਸ ਜਨਮ ਲੈਂਦੀਆਂ ਨੇ ਬਿਲਕੁਲ ਮੈਂ ਜਿੱਦਾਂ ਅੱਗੇ ਗੱਲ ਕੀਤੀ ਬਾਈ ਕਿ ਜਦੋਂ ਅਸੀਂ ਨਾ ਪਿੰਡਾਂ ਤੋਂ ਤੁਰਦੇ ਆਂ ਸਾਨੂੰ ਐ ਲੱਗਦਾ ਹੁੰਦਾ ਕਿ ਬਾਹਰ ਜਾ ਕੇ ਸਾਡੇ ਜਿਹੜੇ ਆ ਸਾਰੇ ਸੁਪਨੇ ਪੂਰੇ ਹੋਏ ਨੇ ਤੇ ਅਸੀਂ ਵੱਡੇ ਵੱਡੇ ਸੁਪਨੇ ਖੈਰ ਪੂਰੇ ਹੁੰਦੇ ਵੀ ਐਨਾਂ ਦੇਸ਼ਾਂ ਦੇ ਵਿੱਚ ਮੇਰੇ ਖਿਆਲ ਜਿਹੜਾ ਬੰਦਾ ਇਸ ਧਰਤੀ ਤੇ ਇਹਨੂੰ ਮਿੱਠੀ ਜੇਲ ਵੀ ਕਹਿੰਦੇ ਤੇ ਇਹਨੂੰ ਸੁਪਨਿਆਂ ਦੀ ਧਰਤੀ ਵੀ ਕਹਿੰਦੇ ਆ ਜਿਹੜਾ ਬੰਦਾ ਇਸ ਧਰਤੀ ਤੇ ਆ ਜਾਂਦਾ ਆ ਉਹ ਮੈਨੂੰ ਲੱਗਦਾ ਨਹੀਂ ਉਹਦਾ ਕੋਈ ਸੁਪਨਾ ਅਧੂਰਾ ਰਹਿ ਜਾਂਦਾ ਪਰ ਸੁਪਨੇ ਤੇ ਲੋੜਾਂ ਇੰਨਾ ਚ ਫਰਕ ਬਹੁਤ ਹੁੰਦਾ ਤੇ ਇੱਕ ਬੜਾ ਬਰੀਕ ਜਿਹਾ ਫਰਕ ਹੁੰਦਾ ਪਰ ਸਾਨੂੰ ਲੱਗਦਾ ਕਿ ਅਸੀਂ ਉਹ ਜਿਹੜਾ ਬਰੀਕ ਜਿਹਾ ਫਰਕ ਬੜੀ ਧੀਰ ਬੜੀ ਛੇਤੀ ਉਹ ਮਿਟਾ ਦਿੰਨੇ ਆ ਲੋੜਾਂ ਤੇ ਸਾਡੀਆਂ ਜਿਹੜੀਆਂ ਬੇਸ਼ੱਕ ਅਸੀਂ ਕਰਜ਼ੇ ਚੁੱਕ ਕੇ ਘਰਾਂ ਤੋਂ ਆਏ ਹੁੰਨੇ ਆ ਹਨ ਪਰ ਅਸੀਂ ਜਦੋਂ ਸਾਡੇ ਲੋੜਾਂ ਪੂਰੀਆਂ ਹੋ ਜਾਂਦੀਆਂ ਪੀਆਰ ਲੈ ਲੈਣੇ ਆ ਘਰ ਬਣ ਜਾਂਦੇ ਆ ਪਰ ਬਾਅਦ ਚ ਇੱਕ ਐਸੀ ਦੌੜ ਜਿਹੜੀ ਆ ਕੋਲੂ ਦੇ ਬੈਲ ਵਾਲੀ ਦੌੜ ਸ਼ੁਰੂ ਹੁੰਦੀ ਆ ਕਿ ਸਾਡਾ ਬਹੁਤ ਕੁਝ ਜਿਹੜਾ ਉਹ ਪਿੱਛੇ ਛੁੱਟ ਜਾਂਦਾ ਗੁਰਦੇਵ ਵੀਰੇ ਦੇਖੋ ਆਪਾਂ ਜਿੱਥੋਂ ਆਏ ਆ ਹਮ ਸਾਡੇ ਸਾਰਿਆਂ ਕੋਲ ਵਧੀਆ ਜ਼ਮੀਨ ਜਾਇਦਾਦ ਵਧੀਆ ਘਰ ਬਾਰ ਨੇ ਹਨ ਹਮ ਉਹੀ ਚੀਜ਼ਾਂ ਜਿਦੋਂ ਅਸੀਂ ਪੀਆਰ ਉਹਨਾਂ ਇੱਥੇ ਭਾਲਦੇ ਆ ਹਮ ਹੁਣ ਮੇਰੇ ਕੋਈ ਬੰਦਾ ਪੁੱਛੇ ਭਾਜੀ ਮੈਂ ਘਰ ਲੈਣਾ ਹਮ ਕਿੱਦਾਂ ਦਾ ਲਵਾਂ ਹਾਲਾਂਕਿ ਮੈਂ ਕੋਈ ਪ੍ਰਾਪਰਟੀ ਏਜੰਟ ਨਹੀਂ ਪਰ ਮੈਂ ਇਹ ਸਵਾਲ ਜ਼ਰੂਰ ਪੁੱਛਦਾ ਹੁੰਦਾ ਹੈ ਕਿ ਇਜ਼ ਇਟ ਯੋਰ ਨੀਡ ਹਮ ਔਰ ਇਟ ਇਜ਼ ਯੋਰ ਵਾਂਟ ਹਮ ਨੀਡ ਇਹ ਹੈ ਵੀ ਤੁਹਾਡੇ ਘਰ ਦੀ ਜਿਹੜੀ ਲੋਕੇਸ਼ਨ ਹੈ ਬਿਲਕੁਲ ਸਕੂਲ ਦੇ ਸਾਹਮਣੇ ਹੋਵੇ ਹਮ ਸਾਰੀਆਂ ਫੈਸਿਲਿਟੀਆਂ ਹੋਣ ਵਾਂਟ ਇਹ ਹੈ ਵੀ ਘਰ 1 ਕ੍ਰੇਜ ਦੇ ਵਿੱਚ ਹੋਵੇ ਹਮ ਤਮਾ ਮਹੀ ਸ਼ੈਕਲ ਕਹਿਣਾ ਵੀ ਘਰ ਓ ਲੋ ਜਿੱਚ ਤੁਹਾਨੂੰ ਨੀਂਦ ਸੌਖੀ ਆਉਂਦੀ ਹੂੰ ਠੀਕ ਹੈ ਨਾ ਤੇ ਤੁਸੀਂ ਜਿਹੜਾ ਸਟਾਰਟਿੰਗ ਚ ਸਵਾਲ ਕੀਤਾ ਵੀ ਇਹ ਇਸ਼ੂਸ ਕਿਉਂ ਆਉਂਦੇ ਇਸ਼ੂਸ ਤਾਂ ਆਉਂਦੇ ਜਦੋਂ ਤੁਸੀਂ ਆਪਾਂ ਗੱਲ ਕਰਦੇ ਵੀ ਚਾਦਰ ਵੇਖ ਕੇ ਪੈਰ ਫਸਾਰੋ ਹੂੰ ਠੀਕ ਹੈ ਨਾ ਜਿਹੜਾ ਸਰੀਰ ਹੈ ਉਹਨੂੰ ਮੂਵਮੈਂਟ ਚਾਹੀਦੀ ਹੈ ਮਾਈਂਡ ਨੂੰ ਚਾਹੀਦੀ ਹੈ ਰੈਸਟ ਹੂੰ ਤੇ ਜਦੋਂ ਆਪਾਂ ਕੋਈ ਇਦਾਂ ਦੇ ਉਪਰਾਲੇ ਛੇੜ ਲੈਂਦੇ ਵੀ ਜਿਹਦੇ ਵਿੱਚ ਦਿਮਾਗ ਸੁੱਤੇ ਪਏ ਵੀ ਨੱਚ ਰਿਹਾ ਤੇ ਸਰੀਰ ਤਾਂ ਬਸ ਡਰਾਈਵਿੰਗ ਤੇ ਬਹਿ ਗਿਆ ਤੇ ਉੱਥੇ ਬਹਿ ਗਿਆ ਹੈ ਨਾ ਸਿਟਿੰਗ ਇਸ ਨੈਕਸਟ ਟੂ ਸਮੋਕਿੰਗ ਦਾਲਕੋ ਕਾਫੀ ਤੇ ਮੇਨ ਚੀਜ਼ ਇਹ ਵੀ ਤੁਹਾਡਾ ਜਿਹੜਾ ਹਿਊਮਨ ਇੰਟਰੈਕਸ਼ਨ ਆ ਹਿਊਮਨ ਬੀਇੰਗ ਇੰਟਰੈਕਸ਼ਨ ਪਾਲਦਾ ਹਿਊਮਨ ਇੰਟਰੈਕਸ਼ਨ ਕੈਨ ਬੀ ਹੈਲਥ অর ਇਟ ਕੈਨ ਬੀ ਅ ਸਪਿਰਚੁਅਲ ਪ੍ਰੈਕਟਿਸ ਹੂੰ ਤੁਸੀਂ ਕਹੇ ਇਹੋ ਜਿਹੇ ਬੰਦੇ ਲਾਗੇ ਬਹਿ ਜਾਓ ਉਹ ਤੁਹਾਨੂੰ ਨੈਗੇਟਿਵ ਵੀ ਕਰ ਸਕਦਾ ਹੂੰ ਕਰੇ ਜਿਸ ਕੰਡੀ ਜਿਸ ਤੋਂ ਇਹੋ ਜਿਹੇ ਬੰਦੇ ਲਾਗੇ ਬਹਿ ਜਾਓ ਜਿਹੜਾ ਤੁਹਾਨੂੰ ਦਲੇਰ ਵੀ ਕਰ ਸਕਦਾ ਹੈ ਨਾ ਤੇ ਜਦ ਆਪਾਂ ਜਿਮ ਚ ਅਕਸਰ ਹੀ ਗੱਲਬਾਤ ਕਰਦੇ ਗਏ ਭਾਈ ਤਾਂ ਗੱਲ ਕਰਕੇ ਬਹੁਤ ਵਧੀਆ ਲੱਗਿਆ ਹੈ ਨਾ ਹੂੰ ਤੇ ਇੱਕ ਚੀਜ਼ ਜਿਹੜੀ એનર્ਜੀ ਇੱਕ ਦੂਜੇ ਨੂੰ ਹੀ ਟਰਾਂਸਫਰ ਕਰ ਦਿੰਦੇ ਹੈ ਨਾ ਬਿਲਕੁਲ ਬਿਲਕੁਲ ਤੇ ਕਿਉਂਕਿ ਜਦੋਂ ਤੁਸੀਂ ਗੱਲ ਕੀਤੀ ਹੈ ਨਾ ਕਿ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਚਾਦਰ ਵੇਖ ਕੇ ਪੈਰ ਪਸਾਰੀ ਦੇ ਮੈਂ ਮੈਂ ਗੁਰਪ੍ਰੀਤ ਖੁੱਗੀ ਹੁਣਾਂ ਦਾ ਮੈਨੂੰ ਇੱਕ ਡਾਇਲੌਗ ਬਹੁਤ ਸੋਹਣਾ ਲੱਗਦਾ ਮੈਂ ਬਹੁਤ ਵਾਰ ਸੁਣਦਾ ਹੁੰਨਾ ਉਹ ਅਕਸਰ ਕਹਿੰਦੇ ਹੁੰਦੇ ਕਿ ਕਹਿੰਦੇ ਕਿ ਲੋੜਾਂ ਜਿਹੜੀਆਂ ਆ ਉਹ ਫਕੀਰਾਂ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਤੇ ਖੁਆਇਸ਼ਾਂ ਰਾਜਿਆਂ ਦੀਆਂ ਬਾਦਸ਼ਾਹਾਂ ਦੀਆਂ ਵੀ ਪੂਰੀਆਂ ਨਹੀਂ ਹੁੰਦੀਆਂ ਤੇ ਸਾਡੀ ਇੱਕ ਜਗਜੀਤ ਸੰਧੂ ਜਿਹੜੇ ਆ ਕਲਾਕਾਰ ਆ ਪੰਜਾਬੀ ਫਿਲਮ ਇੰਡਸਟਰੀ ਦੇ ਉਹਨਾਂ ਦੀ ਲਾਈਨ ਮੈਨੂੰ ਬੜੀ ਸੋਹਣੀ ਲੱਗਦੀ ਆ ਉਹ ਕਹਿੰਦੇ ਕਿ ਸਾਡੀ ਪ੍ਰੋਬਲਮ ਇਹ ਆ ਕਿ ਅਸੀਂ ਅਮੀਰ ਦਿਸਣਾ ਚਾਹੁੰਦੇ ਆ ਪਰ ਅਮੀਰ ਬਨਣਾ ਨਹੀਂ ਚਾਹੁੰਦੇ ਤੇ ਹੁਣ ਅਮੀਰੀ ਸਿਰਫ ਇੱਥੇ ਪੈਸੇ ਦੀ ਨਹੀਂ ਹੁੰਦੀ ਅਮੀਰੀ ਬੱਚਿਆਂ ਦੀ ਵੀ ਹੁੰਦੀ ਆ ਅਮੀਰੀ ਸਿਹਤ ਦੀ ਵੀ ਹੁੰਦੀ ਆ ਮੇਰੀ ਤੰਦਰੁਸਤੀ ਦੀ ਵੀ ਹੁੰਦੀ ਆ ਪਰ ਸਾਨੂੰ ਅਸੀਂ ਕਿਤੇ ਨਾ ਕਿਤੇ ਉਹ ਵਿਖਾਵੇ ਦੇ ਚੱਕਰ ਦੇ ਵਿੱਚ ਇੱਕ ਆਪਣੇ ਵੱਡੇ ਵੱਡੇ ਘਰ ਵਿਖਾਉਣ ਲਈ ਬਣਾਉਣ ਲਈ ਵੱਡੇ ਵੱਡੇ ਜਿਹੜੇ ਕਾਰੋਬਾਰ ਖੜੇ ਕਰਨ ਲਈ ਬਾਕੀ ਆਪਣਾ ਸਭ ਕੁਝ ਪਿੱਛੇ ਛੱਡ ਦਿੰਨੇ ਆ ਬਿਲਕੁਲ ਸਹੀ ਜੀ ਜਿਹੜੀ ਜ਼ਿੰਦਗੀ ਹੈ ਨਾ ਉਹ ਐਕਸਪ੍ਰੈਸ ਕਰਨ ਲਈ ਹੈ ਇਮਪ੍ਰੈਸ ਕਰਨ ਲਈ ਨਹੀਂ ਹੈ ਬਿਲਕੁਲ ਪ੍ਰੋਬਲਮਸ ਦੀ ਜਿਹੜੀ ਟੈਨਸ਼ਨ ਹੈ ਹੀ ਹੈ ਇੰਜੋਏ ਕਰਨ ਦੀ ਵੀ ਟੈਨਸ਼ਨ ਹੈ ਹਮਮ ਵੀ ਤੁਸੀਂ ਸਵੇਰੇ ਉੱਠ ਕੇ ਸੋਸ਼ਲ ਮੀਡੀਆ ਖੋਲੋ ਫਲਾਣਾ ਉੱਥੇ ਚੱਲ ਗਿਆ ਢਿੰਗੜਾ ਉੱਥੇ ਚੱਲ ਗਿਆ ਬੰਦਾ ਸਦਾ ਮੈਂ ਹੀ ਬੀਫ ਕੁਫ ਕਰੇ ਬੈਠਾ ਜੀ ਠੀਕ ਹੈ ਨਾ ਤੇ ਸਭ ਤੋਂ ਜ਼ਿਆਦਾ ਘੁੰਮ ਕੇ ਜਿੱਧਰ ਵੀ ਚਲ ਜਾਓ ਜਿੰਨੇ ਵੀ ਕਿਤਾਬਾਂ ਪੜ ਲਓ ਹਮ ਗੱਲ ਹੈਲਥ ਤੇ ਆ ਜਾਂਦੀ ਹੈ ਬਿਲਕੁਲ ਤੁਹਾਡਾ ਲਾਈਫ ਗਾਰਡਨ ਕੀ ਹੈ ਹਮ ਲਾਈਫ ਗਾਰਡਨ ਨੂੰ ਪੈਂਡਰਮਸ ਹੋ ਜਾਏ ਆਪਣੀ ਕਿਤਾਬ ਚ ਐਦਾਂ ਡਿਸਕ੍ਰਾਈਬ ਕਰਦੇ ਨੇ ਵੀ ਸਮਾਂ ਪਾਣੀ ਹੈ ਹਮ ਤੁਹਾਡਾ ਪਰਿਵਾਰ ਇੱਕ ਫੁੱਲ ਹੈ ਤੁਹਾਡੀ ਸਿਹਤ ਇੱਕ ਫੁੱਲ ਹੈ ਹਮ ਤੁਹਾਡੀ ਜਾਇਦਾਦ ਪੈਹਾ ਇੱਕ ਫੁੱਲ ਹੈ ਹਮ ਤੁਹਾਡੇ ਮਾਂ ਪਿਓ ਜਿਹੜੇ ਪਿੱਛੇ ਬੈਠੇ ਆ ਉਹ ਇੱਕ ਫੁੱਲ ਹੈ ਤੁਹਾਡੇ ਬੱਚੇ ਇੱਕ ਫੁੱਲ ਹੈ ਜੀ ਤੁਸੀਂ ਸਾਰੇ ਤਾਂ ਥੋੜਾ ਥੋੜਾ ਪਾਣੀ ਪੋਣਾ ਅਕਸਰ ਆਪਾਂ ਇਹ ਗਲਤੀ ਕਰਦੇ ਆਂ ਵੀ ਆਪਾਂ ਆਪਣੇ ਸਿਹਤ ਵਾਲੇ ਬੂਟੇ ਤੇ ਪਾਣੀ ਨਹੀਂ ਪਾਉਂਦੇ। ਪੈਸੇ ਵਾਲੇ ਬੂਟੇ ਤੇ ਜ਼ਿਆਦਾ ਪਾਣੀ ਪਾ ਦਨੇ ਆਂ ਯਾ ਪ੍ਰਾਪਰਟੀਆਂ ਤੇ। ਉਹ ਜਿੱਦਾਂ ਆਪਾਂ ਅਕਸਰ ਮਿਲਦੇ ਨੇ ਤੇ ਲੋਕ ਪੁੱਛਣੇ ਪਾਜੀ ਕਾਰੋਬਾਰ ਕਿੱਦਾਂ? ਹੂੰ ਸਿਲੇਬਸ ਖਤਮ। ਹੂੰ ਉਤੋਂ ਬਾਅਦ ਪੁੱਛਣੇ ਤੇ ਭਾਈ ਸਾਹਿਬ ਸਿਹਤ ਕਿੱਦਾਂ? ਹੂੰ ਬੱਚੇ ਕਿੱਦਾਂ? ਹੂੰ ਤੇ ਜਦੋਂ ਆਪਾਂ ਪ੍ਰਾਪਰਟੀਆਂ ਦੀ ਗੱਲ ਕਰਦੇ ਆਂ ਮੈਂ ਤਾਂ ਤੁਹਾਨੂੰ ਵੀ ਆਪਣੀ ਪ੍ਰਾਪਰਟੀ ਮੰਨਣਾ। ਹੂੰ ਯਾਰ ਦੋਸਤ ਵੀ ਤੁਹਾਡੀ ਪ੍ਰਾਪਰਟੀ ਨੇ। ਬਿਲਕੁਲ। ਠੀਕ ਹੈ ਨਾ ਜਿੱਦਾਂ ਮੈਂ ਅੱਗੇ ਗੱਲ ਕੀਤੀ ਕਿ ਅਮੀਰੀ ਖਰਾਕ ਮਿਲਦੀ ਪੈਸੇ ਦੀ ਨਹੀਂ ਹੁੰਦੀ ਜੇ ਚਾਰ ਸੱਜਣ ਤੁਹਾਡੇ ਕੋਲ ਚੰਗੇ ਤੇ ਉਹ ਵੀ ਤੁਸੀਂ ਬਹੁਤ ਵੱਡੀ ਹਮ ਬਿਲਕੁਲ ਅਮੀਰ ਹੋ ਤੁਸੀਂ ਗੁੱਡ ਹੈਲਥ ਤੁਹਾਡੀ ਸਭ ਤੋਂ ਵੱਡੀ ਪ੍ਰੋਪਰਟੀ ਹੈ ਸਭ ਤੋਂ ਵੱਡੀ ਪ੍ਰੋਪਰਟੀ ਠੀਕ ਹੈ ਨਾ ਤੁਹਾਡਾ ਪਰਿਵਾਰ ਤੁਹਾਡੇ ਬੱਚਿਆਂ ਨਾਲ ਤੁਹਾਡਾ ਕਨੈਕਸ਼ਨ ਤੁਹਾਡੀ ਸਭ ਤੋਂ ਵੱਡੀ ਪ੍ਰੋਪਰਟੀ ਹੈ ਹਨਾ ਹੂੰ ਤੇ ਉੱਥੇ ਜਾ ਕੇ ਥੋੜਾ ਜਿਹਾ ਤੇ ਆਪਾਂ ਮਿਲਾਂ ਤਾਂ ਵੀ ਕਈ ਲੋਕ ਸਲਿੱਪ ਮਾਰ ਜਾਂਦੇ ਆ ਜੀ ਤੇ ਪਰ ਜੇ ਆਪਾਂ ਅੱਜ ਦੀ ਗੱਲ ਕਰੀਏ ਤੇ ਜਿਸ ਤਰੀਕੇ ਨਾਲ ਜਿਹੜਾ ਆ ਡਿਪਰੈਸ਼ਨ ਆ ਜਾਂ ਐਂਗਜ਼ਾਇਟੀ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਵੱਧ ਗਈ ਆ ਪਰ ਅਸੀਂ ਇਹਨੂੰ ਰੈਕੋਗਨਾਈਜ਼ ਕਿਉਂ ਨਹੀਂ ਕਰਦੇ ਕਿਉਂਕਿ ਜੇ ਸਾਡਾ ਸਿਰ ਦੁਖਦਾ ਹੋਵੇ ਜਾਂ ਉਦੋਂ ਕੋਈ ਬੁਖਾਰ ਚੜਿਆ ਹੋਵੇ ਉਦੋਂ ਤਾਂ ਅਸੀਂ ਡਾਕਟਰ ਕੋਲ ਬੜੀ ਛੇਤੀ ਜਾਂਦੇ ਆ ਪਰ ਜਦੋਂ ਕੋਈ ਬੰਦਾ ਹਾਲਾਂਕਿ ਮੈਨੂੰ ਲੱਗਦਾ ਕਿ ਬਹੁਤਾਤ ਅੱਜ ਦੇ ਟਾਈਮ ਦੇ ਵਿੱਚ ਸਾਡੇ ਜਿਹੜੇ ਮੈਂ ਇਸ ਚੀਜ਼ ਨੂੰ ਇੱਕ ਇਹ 네ਗੇਟਿਵ ਨਹੀਂ ਇਸ ਚੀਜ਼ ਨੂੰ ਲੈਣਾ ਚਾਹੁੰਦਾ ਨਾ ਨਾ ਮੈਂ ਇਹਨੂੰ 네ਗੇਟਿਵ ਸਟੇਟ ਕਰ ਰਿਹਾ ਪਰ ਜਿੰਨੀ ਸਾਡੀ ਜ਼ਿੰਦਗੀਆਂ ਸਟ੍ਰੈਸ ਆ ਕਿਉਂਕਿ ਆਪਾਂ ਗੱਲ ਕੀਤੀ ਕਿ ਅਸੀਂ ਵੱਡੇ ਵੱਡੇ ਘਰ ਸ਼ੁਰੂ ਕਰ ਰਹੇ ਨੇ ਵੱਡੇ ਵੱਡੇ ਘਰ ਬਣਾ ਲੈਨੇ ਆ ਫਿਰ ਉਹਨਾਂ ਘਰਾਂ ਦੀ ਸਾਨੂੰ ਨੀਂਦ ਨਹੀਂ ਹੁੰਦੀ ਕਿਉਂਕਿ ਉਹ ਕਰਜ਼ੇ ਚੁੱਕ ਕੇ ਅਸੀਂ ਉਹ ਘਰ ਬਣਾਉਨੇ ਆ ਪਰ ਅਸੀਂ ਇਹਨੂੰ ਇਸ ਚੀਜ਼ ਨੂੰ ਰੈਕੋਗਨਾਈਜ਼ ਨਹੀਂ ਕਰਦੇ ਤੇ ਆਪਣੇ ਆਪ ਨੂੰ ਹੋਰ ਆਈਸੋਲੇਟ ਕਰ ਲੈਂਦੇ ਆ ਬਿਲਕੁਲ ਸਹੀ ਕਿਹਾ ਤੁਸੀਂ ਤੇ ਇੰਡੀਆ ਚ ਸਭ ਕੋ ਇਹ ਵਰਸ ਆ ਜੀ ਤੇ ਕਿਤਨੇ ਕਿਤੇ ਸਾਡੀ ਜਿਹੜੀ ਉਹ ਮੈਂਟੈਲਿਟੀ ਆਪਾਂ ਇੱਥੇ ਵੀ ਲੈ ਕੇ ਆ ਚੁੱਕੇ ਹਾਂ ਹਮ ਹੁਣ ਕਹਿੰਦੇ ਜੀ ਜੇ ਕਿਸੇ ਨੂੰ ਮੈਂਟਲ ਇਸ਼ੂ ਹੋਵੇ ਇੰਡੀਆ ਕੀ ਕਹਿੰਦੇ ਫਲਾਣੇ ਪਿੰਡ ਸਿਆਣਾ ਆ ਉੱਥੇ ਲੈ ਜਾਓ ਹਨਾ ਹਮ ਹੁਣ ਜੇ ਤੁਸੀਂ ਮੈਨੂੰ ਸਿਆਣੇ ਦੀ ਡੈਫੀਨੇਸ਼ਨ ਪੁੱਛੋ ਹਮ ਤੇ ਮੈਂ ਕਹਿੰਦਾ ਵਾਕਿਆ ਸਿਆਣਾ ਜਿਹੜਾ ਦੂਜੇ ਨੂੰ ਬੇਫਕੂਫ ਬਣਾ ਗਿਆ ਸਿਆਣਾ ਹੀ ਆ ਬਿਲਕੁਲ ਹਨਾ ਤੇ ਆਪਾਂ ਉਹਨੂੰ ਵਰਸ ਕਰ ਲੈਨੇ ਆ ਈਵਨ ਇੱਥੇ ਵੀ ਮੈਂ ਕਈ ਲੋਕ ਇਦਾਂ ਦੇ ਦੇਖਿਆ ਜਿਹੜੇ ਇੰਡੀਆ ਵੀਡੀਓ ਕਾਲ ਕਰਕੇ ਉਹਨਾਂ ਤੋਂ ਹਾਲ ਪੁੱਛਦੇ ਨੇ ਹਮ ਠੀਕ ਹੈ ਨਾ ਕੋਈ ਵੀ ਹੱਲ ਬਾਹਰ ਲੱਭਣ ਦੀ ਲੋੜ ਨਹੀਂ ਸਾਰੇ ਹੱਲ ਤੁਹਾਡੇ ਕੋਲ ਨੇ ਅੰਦਰ ਹੀ ਨੇ ਹਮ ਤੇ एवरीथिंग ਬਿਲੋਂਗਸ ਟੂ ਯਰ ਹੈਬਿਟਸ ਜਿਹਦਾ ਆਪਾਂ ਅਕਸਰ ਡਿਸਕਸ ਕਰਦੇ ਐਟੋਮਿਕ ਹੈਬਿਟਸ ਦੀ ਕਿਤਾਬ ਨਾ ਜੀ ਤੁਹਾਡੀ ਹੈਬਿਟਸ ਹੀ ਤੁਹਾਨੂੰ ਮੇਨਟੇਨ ਕਰਦੀਆਂ ਤੁਸੀਂ ਅੱਜ ਜੋ ਵੀ ਹੋ ਆਪਣੀ ਲਾਈਫ ਚੁਆਇਸਸ ਕਰਕੇ ਹੋ ਬਿਲਕੁਲ ਤੇ ਜ਼ਿੰਦਗੀ ਦੋ ਹਿੱਸਿਆਂ ਚ ਇੱਕ ਤੁਹਾਡੇ ਕੰਟਰੋਲ ਚ ਹੈ ਇੱਕ ਤੁਹਾਡੇ ਕੰਟਰੋਲ ਚ ਨਹੀਂ ਹੈ ਹਮ ਅਕਸਰ ਅਸੀਂ ਉਸ ਚੀਜ਼ ਤੇ ਜ਼ਿਆਦਾ ਫੋਕਸ ਕਰਦੇ ਜਿਹੜੀ ਸਾਡੇ ਕੰਟਰੋਲ ਚ ਨਹੀਂ ਹੈ ਨਹੀਂ ਆ ਬਿਲਕੁਲ ਆਪਾਂ ਨੂੰ ਉਸ ਚੀਜ਼ ਤੇ ਫੋਕਸ ਕਰਨਾ ਚਾਹੀਦਾ ਜਿਹੜੀ ਸਾਡੇ ਕੰਟਰੋਲ 'ਚ ਹੈ ਜਿੱਦਾਂ ਕਿ ਤੁਸੀਂ ਸਾਰੀ ਦੁਨੀਆ ਦੇ ਕੰਡੇ ਨਹੀਂ ਚੁੱਕ ਸਕਦੇ ਜੀ ਆਪਣੇ ਪੈਰਾਂ 'ਚ ਬੂਟ ਪਾ ਸਕਦੇ ਹੋ ਹਮ ਠੀਕ ਹੈ ਨਾ ਕਹਿੰਦਾ ਯੈਸਟਰਡੇ ਆਮ ਵਾਸ ਕਲੇਵਰ ਆ ਵਾਂਟ ਟੂ ਚੇਂਜ ਦ ਵਰਲਡ ਬਿਲਕੁਲ ਟੂਡੇ ਆਮ ਵਾਈਸ ਆਪ ਚੇਂਜ ਮਾਈ ਸੈਲਫ ਹੈ ਨਾ ਚੇਂਜ ਮਾਈ ਸੈਲਫ ਬਿਲਕੁਲ ਆਪਣੇ ਆਪ ਨੂੰ ਤੁਸੀਂ ਚੇਂਜ ਕਰ ਸਕਦੇ ਹੋ ਬਿਲਕੁਲ ਬਾਹਰਲੀ ਜਿਹੜੀ ਦੁਨੀਆ ਹੈ ਉਹ ਮੈਨੂੰ ਲੱਗਦਾ ਜਿੱਦਾਂ ਤੁਸੀਂ ਗੱਲ ਕੀਤੀ ਉਹ ਸਾਡੇ ਵਾਸਤੇ ਤੋਂ ਬਾਹਰ ਦੀ ਗੱਲ ਹੈ ਉਹਦੀ ਪਰ ਸਾਸੀ ਉਹਦੀ ਟੈਨਸ਼ਨ ਜਿਆਦਾ ਚੁੱਕੀ ਹੋਈ ਹੈ ਕਿ ਉਹ ਮੇਰੇ ਕਰਕੇ ਨਹੀਂ ਬਦਲਿਆ ਜਾਂ ਉਹਨੇ ਮੇਰੇ ਨਾਲ ਇਦਾਂ ਦਾ ਬਿਹੇਵ ਨਹੀਂ ਕੀਤਾ ਹਾਲਾਂਕਿ ਜਿਹੜਾ ਬਦਲਣ ਵਾਲਾ ਹੈ ਉਹ ਤੁਹਾਡਾ ਅੰਦਰ ਹੈ ਤੁਹਾਡਾ ਜਿਹੜਾ ਮਾਈਂਡ ਹੈ ਮੈਂਟਲ ਸਟੇਟ ਹੈ ਇਹਨੂੰ ਬਦਲਣ ਦੀ ਲੋੜ ਹੈ ਤੇ ਇਦੇ ਬਾਰੇ ਮੈਨੂੰ ਥੋੜਾ ਜਿਹਾ ਦੱਸੋ ਕਿ ਬਦਲਿਆ ਕਿੱਦਾਂ ਜਾ ਸਕਦਾ ਹੈ ਜੇਕਰ ਅਸੀਂ ਸ਼ੁਰੂਆਤ ਕਰਨੀ ਹੋਵੇ ਜਿਹੜੇ ਬੇਸਿਕ ਸਟੈਪਸ ਆ ਉਹ ਕਿੱਥੋਂ ਲੈ ਜਾ ਸਕਦੇ ਆ ਦੇਖੋ ਜੀ ਇੱਕ ਸਮਾਰਟ ਪ੍ਰਿੰਸੀਪਲ ਹੁੰਦਾ ਵਾ ਜੀ ਵੀ ਤੁਸੀਂ ਸਪੈਸੀਫਿਕ ਮੇਜਰੇਬਲ ਅਚੀਵੇਬਲ ਹਮ ਰੀਅਲਿਸਟਿਕ ਤੇ ਟਾਈਮ ਬౌਂਡਡ ਹਮ ਕੋਈ ਵੀ ਚੀਜ਼ ਤੁਸੀਂ ਪੈਂਦੇ ਸਾਰੇ ਨਹੀਂ ਵੀ ਮੈਂ ਅੱਜ 5 ਕਿਲੋਮੀਟਰ ਭੱਜਾਂਗਾ ਠੀਕ ਆ ਤੁਸੀਂ 10 ਕਿਲੋਮੀਟਰ ਪਾ ਸਕਦੇ ਹੋ ਭੱਜੋ ਜੀ ਹੈਲਥੀ ਬਾਡੀ ਹੈਲਥੀ ਮਾਈਂਡ ਰੈਸਾਈਡਸ ਇਨ ਹੈਲਥੀ ਬਾਡੀ ਹਮ ਬਿਲਕੁਲ ਠੀਕ ਹੈ ਨਾ ਤੇ ਕੰਸਿਸਟੈਂਸੀ ਇਜ਼ ਦ ਕੀ ਜੀ ਤੁਸੀਂ ਰੋਜ਼ 2 ਮਿੰਟ ਪ੍ਰੈਸ਼ ਕਰੋ ਹੂੰ ਉਹਦਾ ਫਾਇਦਾ ਠੀਕ ਹੈ ਜੇ ਤੁਸੀਂ 14 ਘੰਟੇ ਪੁਸ਼ ਕਰਦੇ ਕੋਈ ਤਾਂ ਕੋਈ ਫਾਇਦਾ ਨਹੀਂ ਹੂੰ ਬਿਲਕੁਲ ਜੇ ਤੁਸੀਂ ਵੀਕਐਂਡ ਐਕਸਰਸਾਈਜ਼ ਕਰਦੇ ਹੋ ਉਹਦਾ ਕੋਈ ਫਾਇਦਾ ਨਹੀਂ 20 ਮਿੰਟ ਡੇਲੀ ਕਰਦੇ ਹੋ ਉਹਦੇ ਬਹੁਤ ਫਾਇਦੇ ਨੇ ਹਣਾ ਬਿਲਕੁਲ ਕੰਸਿਸਟੈਂਟ ਰਹੋ ਪੇਸ਼ੈਂਟ ਰਹੋ ਹੂੰ ਪੇਸ਼ੈਂਸ ਰੱਖੋ ਇਸ ਚੀਜ਼ ਮੈਂ ਤੁਹਾਨੂੰ ਲਿਖਤੀ ਗਾਰੰਟੀ ਦੇ ਸਕਦਾ ਹਾਂ ਵੀ ਜਿਹੜੀ ਨੇਚਰ ਹੈ ਉਹ ਤੁਹਾਡਾ ਡਿਸਕ੍ਰਿਮੀਨੇਸ਼ਨ ਨਹੀਂ ਕਰੇਗਾ ਹੂੰ ਕਿਸੇ ਵੀ ਚੀਜ਼ ਤੁਸੀਂ ਇਨਵੈਸਟ ਕਰਦੇ ਹੋ ਸਭ ਤੋਂ ਜ਼ਿਆਦਾ ਅੱਜ ਕੱਲ੍ਹ ਅਸੀਂ ਪ੍ਰੋਪਰਟੀ ਚ ਇਨਵੈਸਟ ਕਰਦੇ ਆ ਵੀ ਸੇਫ ਇਨਵੈਸਟਮ ਹਾਲਾ ਕਿ ਉਹਦੇ ਵਿੱਚ ਵੀ ਪੋਸਿਬਿਲਟੀ ਹੁੰਦੀ ਵੀ ਤੁਸੀਂ ਕਿਤੇ ਫਸ ਸਕਦੇ ਹੋ ਬਿਲਕੁਲ ਹਣਾ ਵੀ ਨਾਥਿੰਗ ਇਜ਼ 100% ਬਟ ਜੇ ਤੁਸੀਂ ਨੇਚਰ ਦੇ ਨਾਲ ਇੰਟਰੈਕਟ ਕਰਦੇ ਹੋ ਤੁਸੀਂ ਐਕਸਰਸਾਈਜ਼ ਕਰਦੇ ਹੋ ਡੈਫੀਨਿਟਲੀ ਤੁਹਾਨੂੰ ਉਹਦੇ ਗੁੱਡ ਰਿਜ਼ਲਟਸ ਮਿਲਣਗੇ ਸਿਰਫ ਕੰਸਿਸਟੈਂਟ ਰਹਿਣਾ ਪਏਗਾ ਜੀ ਤੇ ਆਪਣੇ ਜਿਹੜੇ ਟਾਰਗੇਟ ਆ ਹਮ ਉੱਚ ਸੀ ਹੌਲੀ-ਹੌਲੀ ਇਨਕਰੀਸ ਕਰਨੇ ਇਹ ਮਿਨਿਮਲ ਰੱਖੋ ਹਾਂ ਮਿਨਿਮਲ ਰੱਖਣਾ ਬਿਲਕੁਲ ਮੈਂ ਜੇ ਆਪਣੀ ਗੱਲ ਕਰਾਂ ਜੱਸੀ ਭਾਈ ਮੈਂ ਜਿਮ ਦਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ ਮੈਨੂੰ ਖੈਰ ਪੈਸੇ ਜਾਂਦੇ ਤੇ ਬੜਾ ਚੇਰ ਹੋ ਗਿਆ ਸ਼ੁਰੂ ਸ਼ੁਰੂ ਤੇ ਆਪਾਂ ਪੈਸੇ ਦੇ ਜਾਂਦੇ ਇੱਕ ਦੋ ਦਿਨਾਂ ਚ ਸਾਨੂੰ ਲੱਗਦਾ ਕਿ ਫਰਕ ਪਊਗਾ ਦੋ ਕੁ ਦਿਨਾਂ ਚਾਰ ਦਿਨਾਂ ਬਾਅਦ ਜਦੋਂ ਫਰਕ ਨਹੀਂ ਪੈਂਦਾ ਤੇ ਅਸੀਂ ਡੀਮੋਟੀਵੇਟ ਹੋ ਜਾਂਦੇ ਆ ਛੱਡ ਦਿੰਨੇ ਆ ਹਨਾ ਪਰ ਪੈਸੇ ਜਾਂਦੇ ਰਹਿੰਦੇ ਮੇਰੇ ਵੀ ਪੈਸੇ ਜਾਂਦੇ ਆ ਬੜੇ 3-4 ਸਾਲ ਹੋ ਗਏ ਪਰ ਪਿਛਲੇ 1.5 ਦੋ ਸਾਲ ਤੋਂ ਮੈਂ ਥੋੜਾ ਜੈਨੂ ਸੀਰੀਅਸ ਲੈਣਾ ਸ਼ੁਰੂ ਕੀਤਾ ਪਹਿਲਾਂ ਮੈਂ ਹਫ਼ਤੇ ਵਿੱਚ ਦੋ ਤੋਂ ਤਿੰਨ ਦਿਨ ਜਾਣਾ ਸ਼ੁਰੂ ਕੀਤਾ ਫਿਰ ਫਿਰ ਹੌਲੀ ਹੌਲੀ ਜਦੋਂ ਬੰਦੇ ਨੂੰ ਸਭ ਤੋਂ ਵੱਲੋਂ ਕਹਿੰਦੇ ਹੁੰਦੇ ਕਿ ਜੇਕਰ ਤੁਸੀਂ ਕੁਝ ਅਚੀਵ ਕਰਨਾ ਤਾਂ ਤੁਸੀਂ ਦੁਨੀਆ ਵੱਲ ਵੇਖਣਾ ਛੱਡ ਦਿਓ ਆਪਾਂ ਸਾਡੀ ਪ੍ਰੋਬਲਮ ਇਹ ਹੈ ਕਿ ਸਾਨੂੰ ਐ ਲੱਗਦਾ ਕਿ ਅਸੀਂ ਜਿਮ ਤਾਂ ਜਾ ਸਕਦੇ ਜੇ ਸਾਡੇ ਨਾਲ ਕੋਈ ਜਿਮ ਜਾਣ ਵਾਲਾ ਹੋਵੇ ਮੈਂ ਮੈਂ ਪਿਛਲੇ 1.5-2 ਸਾਲ ਤੋਂ ਜਿਮ ਹਮੇਸ਼ਾ ਇਕੱਲਾ ਜਾਂਦਾ ਰਿਹਾ ਹਾਂ ਤੇ ਪਰ ਮੈਨੂੰ ਮੈਂ ਜਿਹੜਾ ਉਹ 1 ਘੰਟਾ ਜਿਮ ਦੇ ਵਿੱਚ ਲਾ ਕੇ ਆਉਣਾ ਆ ਜਿਹੜੇ ਦਿਨ ਦੇ 23 ਘੰਟੇ ਆ ਮੈਨੂੰ ਉਹ 1 ਘੰਟਾ ਡਰਾਈਵ ਕਰਦਾ ਆ ਬਿਲਕੁਲ ਸਹੀ ਕਿਉਂਕਿ ਜਿਹੜੀ ਐਕਸਰਸਾਈਜ਼ ਆ ਜਿੱਦਾਂ ਤੁਸੀਂ ਕਿਹਾ ਕਿ ਜਿਹੜੀ ਐਕਸਰਸਾਈਜ਼ ਆ ਉਹਦਾ 110% ਬੈਨੀਫਿਟ ਹੀ ਆ ਉਹਦਾ ਜਿਹੜਾ ਤੁਹਾਨੂੰ ਮੈਨੂੰ ਲੱਗਦਾ ਕਿ ਇੱਕ ਇਹੀ ਏਦਾਂ ਹੀ ਨੇ ਇਨਵੈਸਟਮੈਂਟ ਹੈ ਜਿਹਦੇ ਉੱਤੇ ਵਿਆਜ ਵੀ ਤੁਹਾਨੂੰ ਭਰਪੂਰ ਮਿਲਦਾ ਆ ਹਾਂ ਹਾਲਾਂਕਿ ਰਿਜ਼ਲਟ ਉਸੇ ਦਿਨ ਦਿਖਣੇ ਨਹੀਂ ਸ਼ੁਰੂ ਹੁੰਦੇ ਮੈਨੂੰ ਵੀ ਸਾਲ ਬਾਅਦ ਦੱਸਿਆ ਪਰ ਸਿਰਫ ਇੱਕ ਇਹ ਫਿਜ਼ੀਕਲ ਫਿਟਨੈਸ ਨਹੀਂ ਇਹਦੇ ਨਾਲ ਤੁਹਾਡਾ ਜਿਹੜੀ ਜਿਮ ਆ ਜਾਂ ਐਕਸਰਸਾਈਜ਼ ਆ ਜਾਂ ਮੈਡੀਟੇਸ਼ਨ ਆ ਇਹ ਸਰੀਰ ਨਾਲੋਂ ਜ਼ਿਆਦਾ ਤੁਹਾਡੇ ਦਿਮਾਗ ਲਈ ਜ਼ਰੂਰੀ ਆ ਡੈਫੀਨਟਲੀ ਜਿਦਾ ਆਪਾਂ ਪਹਿਲੇ ਡਿਸਕਸ ਕੀਤਾ ਵੀ ਹੈਲਥੀ ਮਾਈਂਡ ਰਿਸਾਈਟਸ ਐਂਡ ਹੈਲਥੀ ਬਾਡੀ ਤੁਹਾਡੀ ਸਲੀਪ ਤੁਹਾਡਾ ਮਾਈਂਡਸੈਟ ਤੁਹਾਡੀ ਡਾਈਟ ਤੇ ਐਕਸਰਸਾਈਜ਼ ਇਹ ਚਾਰ ਪਿੱਲਰ ਨੇ ਜਿੱਤੇ ਤੁਹਾਡੀ ਸਿਹਤ ਕਲਾਉਂਦੀ ਹੈ ਬਿਲਕੁਲ ਠੀਕ ਹੈ ਨਾ ਤੇ ਮੈਂਟਲ ਹੈਲਥ ਹੈ ਜਿਹੜੀ ਇਹ ਡੇ ਬਾਈ ਡੇ ਇਹਦੇ ਤੇ ਜ਼ਿਆਦਾ ਰਿਸਰਚ ਹੋ ਰਹੀ ਹੈ ਹਮ ਕਿਉਂਕਿ ਇੱਕ ਇਦਾਂ ਦੀ ਚੀਜ਼ ਹੈ ਜਿਹੜੀ ਦਿਖਾਈ ਨਹੀਂ ਦਿੰਦੀ ਹਮ ਬਿਲਕੁਲ ਠੀਕ ਕੋਈ ਵੀ ਮੰਨ ਲੇ ਕਿ ਇਹਦਾ ਮੋਢਾ ਦੁਖਦਾ ਹੋਵੇ ਤੇ ਅੱਦੇ ਸ਼ਹਿਰ ਨੂੰ ਪਤਾ ਲਾਇਦਾ ਕੋਈ ਕਹਿੰਦਾ ਤੇਲ ਲਾ ਲਾ ਕੋਈ ਕਹਿੰਦਾ ਮਲ ਲਾ ਕੋਈ ਕੁਝ ਕਰ ਲਾ ਜਿੱਦੂ ਗੱਲ ਦਿਮਾਗ ਤੇ ਆਉਂਦੀ ਮੈਨੂੰ ਲੱਗਦਾ ਕਿ ਆਪਾਂ ਮੰਨਦੇ ਹੀ ਨਹੀਂ ਵੀ ਦਿਮਾਗ ਸਰੀਰ ਦਾ ਹਿੱਸਾ ਆ। ਬਿਲਕੁਲ। ਜੇ ਤੁਸੀਂ ਕਿਸੇ ਨੂੰ ਕਹੋਗੇ ਵੀ ਤੂੰ ਸਾਈਕੀਐਟ੍ਰਿਸਟ ਕੋਲ ਚੱਲ ਜਾ ਸਾਈਕਲੋ। ਅਗਲੇ ਕਦਮ ਮੈਸਦਾਈਂ। ਚੜਾਈਂ ਬਿਲਕੁਲ। ਠੀਕ ਹੈ। ਮੈਨੂੰ ਤੇ ਲੈਵਲ ਲੱਗ ਜਾਏਗਾ। ਹੂੰ। ਤੁਸੀਂ ਮੰਨੋਗੇ ਨਹੀਂ ਵੀ ਜੇ ਅਗਲਾ ਚਲੇ ਜਾਂਦਾ ਤਾਂ ਫਿਰ ਦੁਨੀਆ ਨਹੀਂ ਛੱਡਦੇ। ਮੈਨੂੰ ਕਈ ਫੋਨ ਆਉਂਦੇ ਆ। ਹੂੰ। ਮੇਰੇ ਕੋਲ ਲੋਕੀ ਸਲਾਹ ਲੈਂਦੇ ਵੀ ਭਾਜੀ ਤੁਸੀਂ ਦੱਸੋ ਮੈਂ ਕਹਾਂ ਦੇਖੋ ਮੇਰੇ ਕੋਲ ਡਾਕਟਰ ਤਾਂ ਹੈ ਨਹੀਂ। ਹੂੰ। ਬਟ ਹਾਂ ਮੈਂ ਤੁਹਾਨੂੰ ਬੇਸਿਕਸ ਦੱਸ ਦੇਣਾ। ਫਿਰ ਤੁਸੀਂ ਜਾ ਕੇ ਉਹ ਕਹਿੰਦੇ ਲੋਕੀ ਕੀ ਸੋਚਣਗੇ? ਹੂੰ। ਸਭ ਇਹ ਤੇਰੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਪਰ ਪ੍ਰੋਬਲਮ ਇਹ ਹੈ ਕਿ ਅਸੀਂ ਆਪਸ਼ਨ ਬਣਾ ਲਈ ਆ ਠੀਕ ਹੈ ਨਾ ਲੱਤਾਂ ਬਾਹਾਂ ਗੋਡੇ ਹੁਣ ਆਪਾਂ ਦੇਖਦੇ ਹਾਂ ਅਕਸਰ ਕਿ ਇਹਦੀ ਲਤ ਮਾ ਜਦਾਂ ਕੱਟੀ ਜਾਵੇ ਟੁੱਟੀ ਜਾਵੇ ਉਹ ਫਿਰ ਵੀ ਜੀ ਲੇਦਾ ਪਰ ਦਿਮਾਗ ਇੱਕਦਾਂ ਦੀ ਚੀਜ਼ ਜਿਹੜੀ ਬਾਕੀ ਸਾਰੇ ਅੰਗਾਂ ਨੂੰ ਚਲਾ ਰਿਹਾ ਇਹ ਸਭ ਤੋਂ ਪ੍ਰਾਈਮ ਹੈ ਬਿਲਕੁਲ ਠੀਕ ਹੈ ਮੈਂ ਮੈਂ ਹਮੇਸ਼ਾ ਅਕਸਰ ਇਹੀ ਗੱਲ ਕਰਦਾ ਹੁੰਨਾ ਆ ਤਕਰੀਬਨ ਮੈਨੂੰ ਜਿੰਨੇ ਕੁ ਜਾਣਦੇ ਆ ਮੈਂ ਗੱਲ ਕਰਦਾਂਗੇ ਜਿੱਦਾਂ ਮੈਨੂੰ ਸਾਲ ਹੀ ਹੋਇਆ ਜਿਮ ਜਾਂਦੇ ਨੂੰ ਮੈਨੂੰ ਤਾਂ ਐਂ ਲੱਗਦਾ ਕਿ ਮੇਰੇ ਲਈ ਉਹੀ ਮੈਡੀਟੇਸ਼ਨ ਹੈ ਕਿਉਂਕਿ ਮੈਂ ਜੋ ਮੈਂ ਕੋਈ ਮੈਂ professionl body building ਨਹੀਂ ਕਰਨ ਲੱਗ ਪਿਆ ਜਾਂ ਮੇਰਾ ਸਰੀਰ ਉਦਾਂ ਦਾ ਨਹੀਂ ਬਣ ਗਿਆ ਪਰ ਹਾਂ ਮੇਰੇ ਦਿਮਾਗ ਦੇ ਵਿੱਚ ਮੇਰੀ ਦ੍ਰਿਸ਼ਟੀ ਦੇ ਵਿੱਚ ਦੁਨੀਆ ਨੂੰ ਵੇਖਣ ਦੇ ਨਜ਼ਰੀਏ ਦੇ ਵਿੱਚ ਉਸ ਇੱਕ ਇੱਕ ਘੰਟੇ ਦੇ ਕਰਕੇ ਇੱਕ ਜਿਮ ਲਾਉਣ ਕਰਕੇ ਬਹੁਤ ਜ਼ਿਆਦਾ ਫਰਕ ਆਇਆ ਕਿਉਂਕਿ ਤੁਹਾਨੂੰ ਐ ਲੱਗਦਾ ਕਿ ਤੁਹਾਨੂੰ ਇੱਕ ਪਰਪਸ ਮਿਲ ਜਾਂਦਾ ਹੈ ਉਹ ਜਦੋਂ ਤੁਸੀਂ ਉੱਥੇ ਜਾ ਕੇ ਮੈਨੂੰ ਲੱਗਦਾ ਜੇ ਇੱਕ ਘੰਟਾ ਚਾਹੇ ਇੱਕ ਘੰਟਾ ਵੀ ਸਾਡੇ ਕੋਲ ਨਹੀਂ ਅਸੀਂ 30 ਮਿੰਟ ਵੀ ਜਾ ਕੇ ਲਈਏ ਤਾਂ 30 ਮਿੰਟਾਂ ਦੇ ਵਿੱਚ ਅਸੀਂ ਬਾਕੀ ਦੁਨੀਆ ਬਾਰੇ ਭੁੱਲ ਜਾਂਦੇ ਹਾਂ 20 25 ਮਿੰਟ ਜਿਹੜਾ ਉਹ ਸਾਨੂੰ ਮੀ ਟਾਈਮ ਮਿਲਦਾ ਆਪਣੇ ਬਾਰੇ ਸੋਚਣ ਦਾ ਟਾਈਮ ਮਿਲਦਾ ਕੱਲ ਸਾਡੇ ਆਉਣ ਵਾਲੇ ਜਿਹੜਾ ਕੱਲ ਆ ਜਾਂ ਪਿਛਲਾ ਕੱਲ ਆ ਉਹਦੇ ਬਾਰੇ ਕੰਚਨ ਦਾ ਟਾਈਮ ਮਿਲਦਾ ਤੇ ਅਸੀਂ ਉਹਦੇ ਨਾਲ ਹੀ ਮੈਨੂੰ ਲੱਗਦਾ ਸਾਡੀ ਜ਼ਿੰਦਗੀ ਵਿੱਚ ਕਿਤੇ ਨਾ ਕਿਤੇ ਚੇਂਜ ਆ ਸਕਦੀ ਹੈ ਹੁਣ ਦੇਖੋ ਜਦ ਆਪਾਂ ਅਕਸਰ ਗੱਲਾਂ ਕਰਦੇ ਆਪਾਂ ਕਹਿੰਨੇ ਵੀ ਅ ਪੰਕ ਜਿਮ ਪਹੁੰਚ ਕੇ ਪਿੱਛੋਂ ਫੋਨ ਆਉਂਦਾ ਭੈਣ ਹੋਣਾ ਦਾ ਜਾਂ ਮੇਰੀ ਵਾਈਫ ਦਾ ਆ ਗਿਆ ਹਨਾ ਹੂੰ ਕਿੱਥੇ ਰਹਿ ਗਏ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਟਾਈਮ ਸਾਨੂੰ ਪਤਾ ਨਹੀਂ ਹੁੰਦਾ ਟਾਈਮ ਕਦੋਂ ਗੁਜ਼ਰ ਗਿਆ ਬਿਲਕੁਲ ਬਿਲਕੁਲ ਤੇ ਉਹਨੂੰ ਆਪਾਂ ਕਹਿੰਦੇ ਆ ਦਾ ਪਾਵਰ ਆਫ ਨਾਓ ਜਿੱਥੇ ਤੁਸੀਂ ਫਿਊਚਰ ਦੀ ਵਰੀਜ਼ ਤੇ ਪਾਸਟ ਦੇ ਰਿਗਰਟ ਤੋਂ ਦੂਰ ਹੋ ਜਾਂਦੇ ਉਹ ਤੁਹਾਡੇ ਮਾਈਂਡ ਨੂੰ ਬਹੁਤ ਰਿਲੈਕਸ ਕਰ ਅਕਸਰ ਹੀ ਦੇਖਦੇ ਆ ਵੀ ਮਹਾਨ ਲੋ ਵਕਰੀ ਵਕਰੀ ਤਾਂ ਉਹਦੇ ਜਾਂਦੇ ਰਹਣਾ ਉਹਨਾਂ ਨੂੰ ਕੋਈ ਸ਼ੌਂਕ ਨਹੀਂਗਾ ਵੀ ਫालतू ਪੈਸੇ ਖਰਚਾਂਦਾ ਹੂੰ ਉਹਦੇ ਪਿੱਛੇ ਇੱਕ ਮੈਂਟਲ ਥਿਊਰੀ ਇਹ ਵੀ ਜਦੋਂ ਤੁਸੀਂ ਨਵਾਂ ਜਗ੍ਹਾ ਤੇ ਜਾਂਦੇ ਹੋ ਤੁਹਾਡਾ ਮਾਈਂਡ ਡਿਫਰੈਂਟ ਚੀਜ਼ਾਂ ਐਕਸਪਲੋਰ ਕਰਦਾ ਐਕਸਪਲੋਰ ਕਰਦਾ ਤੁਸੀਂ ਰੋਜ਼ ਰੋਜ਼ ਉੱਥੇ ਜਾਓ ਤੁਸੀਂ ਆਪਣਾ ਫੋਨ ਫੜ ਕੇ ਫਿਰ ਉਹ ਚੀਜ਼ਾਂ ਯੂਜ਼ ਕਰਨ ਕਰਦੇ ਐਕਸਪਲੋਰ ਕਰਨੀ ਕੁਝ ਨਵਾਂ ਹੈ ਨਹੀਂ ਜੀ ਠੀਕ ਹੈ ਨਾ ਤੇ ਜਿਹੜੀ ਸਟਿਲਨੈਸ ਆ ਮਾਈਂਡ ਦੀ ਇਹ ਬਹੁਤ ਜ਼ਰੂਰੀ ਹੈ ਹੂੰ ਜਿੰਨੀ ਛੇਤੀ ਤੁਸੀਂ ਇਰੀਟੇਟ ਹੋ ਜਾਂਦੇ ਹੋ ਹੂੰ ਓਨੇ ਤੁਸੀਂ ਘੱਟ ਇੰਟੈਲੀਜੈਂਟ ਹੋ ਬਿਲਕੁਲ ਠੀਕ ਹੈ ਨਾ ਹੂੰ ਤੇ ਦਿਮਾਗ ਇੱਕ ਇਹ ਇੰਨੀ ਤਗੜੀ ਪਾਵਰਫੁਲ ਚੀਜ਼ ਹੈ ਜਿਹਦੇ ਬਕੇ ਪਹਿਲੇ ਪੂਰੇ एवरीथिंग ਵੀ ਡੂ ਵਿਦ ਮਾਈਂਡ ਹਮ ਇਹਨੂੰ ਆਪਾਂ ਅਨਨੇਸੈਸਰਲੀ ਨਾ ਛੜੀਏ ਹਮ ਸਕਰੋਲਿੰਗ ਬਿੰਗ 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 ਹੁਣ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਹਮ ਤੁਸੀਂ ਕਹੋ ਫੋਨ ਬੰਦ ਕਰ ਲਓ ਹਮ ਤੁਸੀਂ ਫੋਨ ਆਨ ਕਰ ਲਓ ਤੁਹਾਨੂੰ 3600 ਨੋਟੀਫਿਕੇਸ਼ਨ ਆਏ ਨੇ ਬਿਲਕੁਲ ਉੱਥੇ ਗੋਲੀ ਚੱਲ ਗਈ ਉੱਥੇ ਜੀ ਹੋ ਗਿਆ ਤੇ ਜੋ ਕਰ ਇਹ ਪਹਿਲੇ ਵੀ ਹੋ ਰਿਹਾ ਸੀ ਹਮ ਜਿੱਦਾਂ ਮੈਂ ਤੁਹਾਨੂੰ ਕੱਲ ਇੱਕ ਸਵਾਲ ਪੁੱਛਿਆ ਸੀਗਾ ਵੀ ਤੁਸੀਂ 1 ਜਨਵਰੀ 2014 ਨੂੰ ਕੀ ਕਰ ਰਹੇ ਸੀ ਤੁਹਾਨੂੰ ਯਾਦ ਨਹੀਂ ਹਮ ਨੇਚਨਿਕ ਸਿਸਟਮ ਇਦਾਂ ਦਾ ਬਣਾਇਆ ਵੀ ਤੁਹਾਨੂੰ ਚੀਜ਼ਾਂ ਜੇ ਤੁਹਾਨੂੰ ਹਰ ਚੀਜ਼ ਯਾਦ ਰਹਿ ਗਈ ਤੁਸੀਂ ਤਾਂ ਪਾਗਲ ਹੋ ਜਾਓਗੇ ਬਿਲਕੁਲ ਤੇ ਫੋਨ 'ਚ ਕੀ ਆ ਤੁਸੀਂ ਸਕਰੋਲਿੰਗ ਕਰਦੇ ਜਦੋਂ ਚੌਥੀ ਪੰਜਵੀਂ ਵੀਡੀਓ ਦੇ ਬਾਅਦ ਤੁਹਾਨੂੰ ਚੇਤਾ ਨਹੀਂ ਰਹਿੰਦਾ ਵੀ ਪਹਿਲੀ ਕਿਹੜੀ ਸੀ ਜੱਸੀ ਭਾਈ ਪ੍ਰੋਬਲਮ ਇਹ ਆ ਨਾ ਕਿ ਸੋਸ਼ਲ ਮੀਡੀਆ ਦੇ ਬਹੁਤ ਜ਼ਿਆਦਾ ਜਿਹੜੇ ਚੰਗਿਆਈਆਂ ਵੀ ਆ ਕਿ ਇੱਕ ਪੂਰੀ ਦੁਨੀਆ ਗਲੋਬਲ ਪਿੰਡ ਬਣ ਚੁੱਕਾ ਹੈ ਸਾਡੀ ਜਿਹੜੀ ਸਾਰੀ ਦੁਨੀਆ ਦੀ ਇਨਫੋਰਮੇਸ਼ਨ ਉਹ ਸਾਡੀ ਜੇਬ 'ਚ ਹੁੰਦੀ ਆ ਪਰ ਅੱਜ ਕੱਲ ਕੀ ਹਾਲਾਤ ਹੋ ਗਏ ਕਿ ਅੱਜ ਕੱਲ ਅਸੀਂ ਜਿਹੜੇ ਆ ਉਹ ਇਹਦੀ ਚੰਗਿਆਈ ਕਬੂਲਣ ਦੀ ਥਾਂ ਤੇ ਇਹਦੀ ਬਰਿਆਈ ਜਿਹੜੀ ਆ ਉਹ ਜ਼ਿਆਦਾ ਕਬੂਲ ਰਹੇ ਆ ਕਿਉਂਕਿ ਖਾਸ ਕਰਕੇ ਜਿਹੜੀਆਂ ਰੀਲਾਂ ਆ ਜਾਂ ਸ਼ਾਰਟਸ ਆ ਜਿਹੜੀਆਂ 30 30 ਸੈਕਿੰਡ ਦੇ ਵਿੱਚ ਕੋਈ ਮਾੜੀ ਰੀਲ ਆ ਗਈ ਕੋਈ ਸੈਡ ਕਰਨ ਵਾਲੀ ਆ ਗਈ ਤੇ ਅਸੀਂ ਉਸੇ ਵੇਲੇ ਦੁਖੀ ਹੋ ਜੰਨੇ ਆ ਰੋਣ ਲੱਗ ਪੈਂਦੇ ਆ ਜੇ ਕੋਈ ਖੁਸ਼ੀ ਵਾਲੀ ਆ ਗਈ ਆ ਅਗਲੇ 10 ਸੈਕਿੰਡ ਦੇ ਵਿੱਚ ਹੀ ਅਸੀਂ ਇੱਕ ਕਿਉਂਕਿ ਉਹ ਤੁਹਾਡਾ ਜਿਹੜਾ ਮਾਈਂਡ ਆ ਉਹ ਇਸ ਤਰੀਕੇ ਨਾਲ ਪਲੇ ਕਰਦਾ ਕਿ ਉਹਨੂੰ ਸਮਝ ਹੀ ਨਹੀਂ ਲੱਗਦੀ ਕਿ ਉਹ ਦੁਖੀ ਆ ਜਾਂ ਖੁਸ਼ ਆ ਤੇ ਉਹ ਜਿਹੜੀ ਜਿਹੜੀ ਚੀਜ਼ ਆ ਉਹ ਸਾਡੇ ਮੈਂਟਲ ਸਟੇਟ ਲਈ ਬਹੁਤ ਮਾੜੀ ਆ ਗੁਰਦੇ ਵੀਰੇ ਦੇਖੋ ਕੋਈ ਵੀ ਕੰਮ ਆਨਾ ਉਹਨੂੰ ਸ਼ੁਰੂ ਕਰਨ ਤੋਂ ਪਹਿਲੇ ਉਹਦੇ ਬੇਸਿਕ ਰੂਲ ਸਮਝਨੇ ਪੈਂਦੇ ਹਮ ਜਦ ਆਪਾਂ ਜਿਮ ਜਾਂਦੇ ਹਮ ਉਹਦਾ ਬੇਸਿਕ ਰੀਲ ਹੁੰਦਾ ਵੀ ਤੁਸੀਂ ਅੱਜ ਜਿਮ ਲਾਇਆ ਤੁਸੀਂ ਸ਼ੀਸ਼ੇ ਕਿ ਲੋਗੇ ਇਹ ਨਹੀਂ ਕਹਦੇ ਮੇਰੇ ਡੋਲੇ ਬਣ ਗਏ ਹਮ ਬਿਲਕੁਲ ਕੰਸਿਸਟੈਂਸੀ ਤੇ ਪੇਸ਼ੈਂਸ ਹਮ ਉਸੇ ਤਰ੍ਹਾਂ ਜਦੋਂ ਤੁਸੀਂ ਬੁੱਕ ਰੀਡ ਕਰਨ ਲੱਗਦੇ ਹੋ ਹਮ ਉਹਦਾ ਇੱਕ ਬੇਸਿਕ ਰੂਲ ਹੈ ਇਟਸ ਹਾਰਡ ਟੂ ਰੀਡ ਅ ਬੁੱਕ ਇਜ਼ੀ ਟੂ ਵਾਚ ਟੀਵੀ ਜੀ ਪਰ ਕਿਤਾਬ ਤੁਹਾਡੇ ਅੰਦਰ ਕੀ ਪਾ ਰਹੀ ਹੈ ਤੇ ਟੀਵੀ ਤੁਹਾਡੇ ਅੰਦਰ ਕੀ ਪਾ ਰਿਹਾ ਹੈ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਚੰਗੇ ਚੰਗੇ ਲੋਕ ਅਸੀਂ ਵੀ ਕਈ ਵਾਰੀ ਉਲਝ ਜਾਂਦੇ ਹ ਹਮ ਬਿਲਕੁਲ ਇਹ ਕੋਈ ਮਾਮੂਲੀ ਚੀਜ਼ ਨਹੀਂ ਹੈ ਹਮ ਦਿਮਾਗੀ ਡਾਕਟਰਾਂ ਦੀ ਟੀਮ ਬੈੰਦੀ ਹੈ ਹਮ ਜਿਹੜੀ ਤੁਹਾਡੇ ਟੇਸਟ ਬਰਡਸ ਨੂੰ ਕਿੱਦਾਂ ਐਕਸਪਲੋਇਡ ਕਰਨਾ ਕਿਹੜਾ ਕਲਰ ਪਾਉਣਾ ਕਿਹੜੀ ਸਾਊਂਡ ਪਾਉਣੀ ਹਮ ਹੁਣ ਤੁਸੀਂ ਵੈਬ ਸੀਰੀਜ਼ ਵਗੈਰਾ ਇਹ ਹੋਰ ਚੀਜ਼ਾਂ ਦੇਖ ਲਓ ਹਮ ਲੋਕ ਕਿ ਕੰਮ ਤੇ ਝੂਠ ਬੋਲ ਕੇ ਵੀ ਮੈਂ ਬਿਮਾਰ ਹਮ ਨਵੀਂ ਐਪੀਸੋਡ ਲਾ ਲੈਂਦੇ ਬਿਲਕੁਲ ਕਿਉਂ ਤੁਕ ਕਿ ਉਹ ਤੁਹਾਡੇ ਦਿਮਾਗ ਨੂੰ ਸਟੱਡੀ ਕੀਤਾ ਹੈ। ਉਹ ਬੰਦੇ ਨੇ ਜਿਨ੍ਹਾਂ ਨੇ ਦਿਮਾਗ ਨੂੰ ਅੰਦਰੋਂ ਵੀ ਚੈੱਕ ਕੀਤਾ, ਖੋਲ ਕੇ ਆਪਰੇਸ਼ਨਸ ਕੀਤੇ ਨੇ ਉਹ ਉਹ ਦੱਸਦੇ ਨੇ ਵੀ ਇੱਥੇ ਤੁਸੀਂ ਆਹ ਇਫੈਕਟ ਪਾਓ, ਆਹ ਸਾਊਂਡ ਪਾਓ, ਆਹ ਇਮੋਸ਼ਨ ਪਾਓ। ਇਹਦਾ ਤੁਸੀਂ ਬੰਦੇ ਨੂੰ ਲਿਕੁਇਡੇਟਿਵ ਕਰ ਸਕਦੇ। ਤੇ ਉਹ ਤੁਹਾਡੇ ਜਿਹੜੇ ਟੇਸਟ ਬਰਡਸ ਨੂੰ ਐਕਸਪਲੋਇਟ ਕਰਦੇ ਨੇ। ਤੇ ਕਿਤਾਬ ਪੜ੍ਹਨ ਲਈ ਮੈਂ ਇਸ ਕਰਕੇ ਲੋਕਾਂ ਨੂੰ ਪ੍ਰੇਰਿਤ ਕਰਦਾ ਕਿ ਇਟਸ ਲਾਈਕ ਯੂ ਟਾਕ ਟੂ ਯੂਸੈਲਫ। the power of words ਬਿਲਕੁਲ ਠੀਕ ਜਦੋਂ ਆਪਾਂ ਉਹੀ ਜਿਮ ਦੀ ਗੱਲ ਕਰ ਰਹੇ ਹਾਂ ਹਰ ਬੰਦੇ ਲਈ ਜਿਹੜੀ ਜਿਮ ਨਾਲੋਂ ਵੀ ਮੈਡੀਟੇਸ਼ਨ ਜਿਹੜੀ ਆ ਕੋਈ ਵੀ ਰੂਪ ਹੋ ਸਕਦਾ ਜਿੱਦਾਂ ਤੁਸੀਂ ਕਿਹਾ ਕਿ ਕਿਸੇ ਲਈ ਮੈਡੀਟੇਸ਼ਨ ਕਿਤਾਬ ਪੜ੍ਹਨੀ ਹੋ ਸਕਦੀ ਹੈ ਹਾਂਜੀ ਕਿਸੇ ਲਈ ਮੈਡੀਟੇਸ਼ਨ ਜਿਹੜੀ ਆ ਉਹ ਐਕਸਰਸਾਈਜ਼ ਹੋ ਸਕਦੀ ਹੈ ਰਨਿੰਗ ਹੋ ਸਕਦੀ ਹੈ ਕੋਈ ਖੇਡ ਸਕਦਾ ਹੈ ਨਾ ਪਰ ਜਿਹੜੀ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਤੇ ਇਹ ਹੀ ਆ ਕਿ ਤੁਸੀਂ ਆਪਣੇ ਆਪ ਨਾਲ ਗੱਲਬਾਤ ਕਰੋ ਕਿ ਮੈਂ ਕਿੱਥੇ ਖੜਾ ਆ ਮੈਂ ਮਤਲਬ ਮੇਰਾ ਅੱਗੇ ਜਿਹੜੀ ਮੇਰੀ ਜ਼ਿੰਦਗੀ ਆ ਜਿੱਦਾਂ ਆਪਾਂ ਐਟੋਮਿਕ ਹੈਬਿਟਸ ਦੀ ਗੱਲ ਕੀਤੀ ਸੀ ਕਿ ਉਹਦੇ ਵਿੱਚ ਉਹਨਾਂ ਨੇ ਜੇਮਸ ਕਲੀਅਰ ਨੇ ਬਹੁਤ ਸੋਹਣੀ ਐਗਜ਼ਾਮਪਲ ਦਿੱਤੀ ਹੈ ਕਿ ਜੇ ਤੁਹਾਡਾ ਜਦੋਂ ਤੁਸੀਂ ਇੱਕ ਫਲਾਈਟ ਟੇਕ ਆਫ ਕਰਦੀ ਆ ਤੇ ਜੇ ਉਹਦੀ ਡਾਇਰੈਕਸ਼ਨ ਇੱਕ ਡਿਗਰੀ ਨਾਲ ਚੇਂਜ ਕਰ ਦਈਏ ਤੇ ਜਦੋਂ ਉਹਨੇ ਲੈਂਡ ਕਰਨਾ ਆ ਤੇ ਉਹ ਆਪਣੀ ਐਕਚੁਅਲ ਲੈਂਡਿੰਗ ਨਾਲੋਂ ਕਿਤੇ ਦੂਰ ਹੋਊਗਾ ਇਸੇ ਤਰੀਕੇ ਨਾਲ ਉਹ ਕਹਿੰਦੇ ਆ ਕਿ ਜੇ ਤੁਸੀਂ ਆਪਣਾ ਰੋਜ਼ ਦਾ 1% ਚੇਂਜ ਕਰ ਲਓ ਚੰਗੇ ਤਰੀਕੇ ਜੇ ਚੰਗਿਆਈ ਲਈ ਚੇਂਜ ਕਰੋ ਚੰਗੇ ਆਦਤਾਂ ਨਾਲ ਚੇਂਜ ਕਰੋ ਤੇ ਤੁਹਾਡੀ ਜ਼ਿੰਦਗੀ ਬਹੁਤ ਜ਼ਿਆਦਾ ਚੰਗੀ ਹੋਊਗੀ ਇੱਕੋ ਦਿਨ ਚ ਚੰਗੀ ਨਹੀਂ ਹੋਊਗੀ ਆਉਣ ਵਾਲੇ ਸਾਲਾਂ ਚ ਤੁਹਾਨੂੰ ਉਹਨਾਂ ਦੇ ਪ੍ਰਭਾਵ ਪਤਾ ਲੱਗੂਗੇ ਤੇ ਜੇ ਤੁਸੀਂ ਮਾੜੀਆਂ ਆਦਤਾਂ ਪਾ ਲਓ ਮਾੜੀਆਂ ਆਦਤਾਂ ਤਾਂ ਖੈਰ 1% ਚ ਚੇਂਜ ਹੁੰਦੀਆਂ ਨਹੀਂ ਉਹ ਤਾਂ ਬਹੁਤ ਛੇਤੀ ਪਾ ਲੈਨੇ ਆਸੀਂ ਤੇ ਮਾੜੀਆਂ ਆਦਤਾਂ ਦਾ ਵੀ ਪ੍ਰਭਾਵ ਉਹ ਹੋਰ ਛੇਤੀ ਮਿਲਦਾ ਹੈ ਸਾਨੂੰ ਦੇਖੋ ਜਿਹੜੀ ਮੈਂਟਲ ਹੈਲਥ ਇਸ਼ੂ ਆਣਾ ਜਿਹਦੇ ਕਰਕੇ ਅੱਜ ਆਪਾਂ ਇਕੱਠੇ ਹੋਏ ਆਂ ਹੂੰ ਇਹਦੇ ਲਈ ਤੁਹਾਨੂੰ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਪੈਣਾ ਹੂੰ ਜਿੱਦਾਂ ਕਹਿੰਦਾ ਹੈਜ਼ਿਟੇਸ਼ਨ ਇਜ਼ ਯੂ ਬਿਗੇਸਟ ਐਨਮੀ ਤੁਹਾਨੂੰ ਉਸ ਔਰਾ ਚੋਂ ਨਿਕਲਣਾ ਪੈਣਾ ਨਹੀਂ ਤੇ ਬੰਦਾ ਹੌਲੀ ਹੌਲੀ ਉਹਦੇ ਵਿੱਚ ਤਸਦਾ ਜਿੱਦਾਂ ਕਹਿੰਦਾ ਨਾ ਅੰਦਰ ਦੇ ਰੋਲੇ ਬਿਲਕੁਲ ਜਿੰਨਾ ਗੋਲੇ ਖਾ ਜਾਣਗੇ ਤੈਨੂੰ ਹੌਲੇ ਹੌਲੇ ਇਹ ਖਾ ਜਾਂਦੇ ਬੰਦੇ ਨੂੰ ਬਿਲਕੁਲ ਖਾ ਜਾਂਦੇ ਆ ਇਹ ਸਟਾਰਟਿੰਗ ਚ ਜਿੰਨਾ ਨਿੱਕਾ ਲੱਗਦਾ ਹੌਲੀ ਹੌਲੀ ਇਹ ਕਦੋਂ ਰਾਖਸ਼ ਰੂਪ ਧਾਰ ਲੈਂਦਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਹੂੰ ਬਿਲਕੁਲ ਪਰ ਜਿੱਦਾਂ ਗੱਲ ਹੈ ਜਿਹੜੀ ਆਪਾਂ ਜੇ ਆਪਾਂ ਇੱਥੋਂ ਦੀ ਕਰੀਏ ਜਿੱਥੇ ਆਪਾਂ ਜਿਹੜੇ ਸੁਸਾਇਟੀ 'ਚ ਰਹਿ ਰਹੇ ਆਂ ਜੇ ਇੱਥੇ ਆਪਾਂ ਆਪਣੇ ਲੋਕਾਂ ਦੀ ਗੱਲ ਕਰੀਏ ਮੈਂ ਅਕਸਰ ਜੋ ਚੀਜ਼ ਮੈਂ ਨੋਟਿਸ ਕਰਦਾ ਆਂ ਮੈਂ ਵੀ ਇਹੀ ਕੁਝ ਕਰਦਾ ਰਿਹਾ ਆਂ ਕਿ ਅਸੀਂ ਜਿੱਦਾਂ ਆਪਾਂ ਗੱਲ ਕੀਤੀ ਕਿ ਵੱਡੇ ਵੱਡੇ ਸੁਪਨੇ ਪੂਰੇ ਕਰਨ ਦੀ ਦੌੜ 'ਚ ਲੱਗ ਜੰਨੇ ਆ ਕਿ ਅਸੀਂ ਆਪਾਂ ਪਰਿਵਾਰ ਵੀ ਪਿੱਛੇ ਛੱਡ ਦਿੰਨੇ ਆ ਉਹ ਇੱਕ ਜਿਹੜਾ ਬਹੁਤ ਵੱਡਾ ਮੁੱਦਾ ਜਿਹੜਾ ਆ ਉਹ ਸਾਡੀ ਕਮਿਊਨਿਟੀ ਦੇ ਵਿੱਚ ਸਾਡੇ ਵਿੱਚ ਜਿਹੜਾ ਉਹ ਉਤਪਨ ਹੋ ਰਿਹਾ ਕਿ ਸਾਡੇ ਜਿਹੜੇ ਬੱਚੇ ਆ ਉਹ ਸਾਡੇ ਨਾਲੋਂ ਕਿਤੇ ਨਾ ਕਿਤੇ ਗੋਰਿਆਂ ਦਾ ਪ੍ਰਭਾਵ ਕਬੂਲ ਰਿਹਾ ਸਾਡੇ ਨਾਲੋਂ ਦੂਰ ਹੋ ਰਹੇ ਆ ਤੇ ਉਹਦੀਆਂ ਜੜਾਂ ਵੀ ਕਿਤੇ ਨਾ ਕਿਤੇ ਇਸ ਕਰਕੇ ਸਾਡੀ ਉਹਦੇ ਅਸੀਂ ਆਪ ਹੀ ਪੌਦੇ ਲਾਏ ਕਿ ਅਸੀਂ ਆਪਣੇ ਬੱਚਿਆਂ ਨੂੰ ਟਾਈਮ ਦੇਣਾ ਸ਼ੁਰੂ ਘੱਟ ਕਰਤਾ ਆ ਤੇ ਜਦੋਂ ਸਾਡੇ ਬੱਚੇ ਸਾਥੋਂ ਦੂਰ ਹੁੰਦੇ ਤਾਂ ਉਹ ਵੀ ਇੱਕ ਡਿਪਰੈਸ਼ਨ ਦਾ ਕਾਰਨ ਬਣਦੇ ਆ ਬਿਲਕੁਲ ਸਹੀ ਜਿਹੜਾ ਰਿਗਰੈਟ ਆ ਉਹ ਬੰਦੇ ਨੂੰ ਲੈ ਜਾਂਦਾ ਹੂੰ ਤੇ ਕਹਿੰਦਾ ਨਾ ਇਨ ਦਾ ਐਂਡ ਤੁਸੀਂ ਇਹਨਾਂ ਚੀਜ਼ਾਂ ਤੇ ਰਿਗਰੈਟ ਨਹੀਂ ਕਰਦੇ ਵੀ ਮੈਂ ਇਹ ਕੰਮ ਨਹੀਂ ਕੀਤਾ ਹੂੰ ਪਰ ਤੁਸੀਂ ਮਰਦੇ ਦਮ ਤੱਕ ਇਸ ਚੀਜ਼ ਤੇ ਗ੍ਰੇਟ ਕਰੋਗੀ ਮੈਂ ਕਰ ਸਕਦਾ ਹਾਂ ਪਰ ਮੈਂ ਕੀਤਾ ਨਹੀਂ ਕਿਉਂ ਨਹੀਂ ਕੀਤਾ ਆਪਣਾ ਸਵੈ ਵਿਸ਼ਲੇਸ਼ਣ ਕਰਨ ਦੀ ਲੋੜ ਹੈ ਹਮ ਕਾਪੀ ਪੈਨ ਲੈ ਕੇ ਅੱਜ ਹੀ ਤੁਸੀਂ ਸ਼ਾਮ ਨੂੰ ਬਹਿ ਜਾਓ ਹਮ ਦੇਖੋ ਵੀ ਤੁਸੀਂ ਜ਼ਿੰਦਗੀ ਦਾ ਇੱਕ ਜਿਹੜਾ ਪਾਣੀ ਹੈ ਲਾਈਫ ਗਾਰਡਨ ਤੁਸੀਂ ਮੰਮੀ ਡੈਡੀ ਨੂੰ ਫੋਨ ਕੀਤਾ ਕਿੰਨਾ ਚਿਰ ਹੋ ਗਿਆ ਹਮ ਤੁਸੀਂ ਬੱਚਿਆਂ ਦੇ ਨਾਲ ਪਾਰਕ ਚ ਗਏ ਉਹਨੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ ਜਿਮ ਗਏ ਉਹਨੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਕ ਚੰਗੀ ਕਿਤਾਬ ਪੜ੍ਹੇ ਉਹਨੂੰ ਕਿੰਨਾ ਚਿਰ ਹੋ ਗਿਆ ਜੇ ਤੁਸੀਂ ਆਪਣਾ ਸਕਰੀਨ ਟਾਈਮ ਚੈੱਕ ਕਰ ਲਓ ਹਮ ਕਿ ਤੁਸੀਂ ਟੀਵੀ ਕਿੰਨਾ ਦੇਖਦੇ ਹੋ ਜਾਂ ਤੁਸੀਂ ਕੰਮ ਕੰਬ ਵੀ ਜ਼ਰੂਰੀ ਹੈ ਟੈਨਸ਼ਨ ਪ੍ਰੈਸ਼ਰ ਵੀ ਬਹੁਤ ਹੈ ਪ੍ਰੈਸ਼ਰ ਹੈ ਹੈਨਾ ਮੈਂ ਇਹ ਨਹੀਂ ਕਹਿੰਦਾ ਕਿ ਕੰਮ ਨਾ ਕਰੋ ਬਿਲਕੁਲ ਕਿਉਂਕਿ ਉਹ ਅਸਲੀ ਜੜ ਤਾਂ ਉਹੀ ਹੈ ਕਿ ਜਦੋਂ ਕਿਉਂਕਿ ਉਹ ਉਹੀ ਗੱਲ ਕਰ ਰਹੇ ਹੈ ਕਿ ਆਪਾਂ ਘਰ ਆ ਹੀ ਵੱਡੇ ਵੱਡੇ ਕਰ ਲਈ ਜੇ ਕੰਮ ਨਾ ਕੀਤਾ ਤੇ ਉਹਦੀਆਂ ਕਿਸ਼ਤਾਂ ਕਿੱਥੋਂ ਲੋਣੀ ਹੋ ਜੀ ਸਿਆਣੇ ਦੀ ਗੱਲਾਂ ਕਹਿੰਦਾ ਨਾ ਤੇ ਛੋਲੇ ਮਲੇ ਖਾਣ ਨੂੰ ਮੂੰਹ 'ਚ ਦਾੰਦ ਨਾ ਰਹੀ ਤੇ ਫਾਇਦਾ ਕੀ ਹੈ ਨਾ ਤੇ ਜਦੋਂ ਆਪਾਂ ਕੰਮ ਕਰੀਗੇ 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 ਹੈਨਾ ਬੱਚੇ ਸਾਡੇ ਤੋਂ ਦੂਰ ਹੋ ਗਏ ਹਮਮ ਅਕਸਰ ਉਹਨਾਂ ਲਈ ਆਪਾਂ ਸਾਰਾ ਕੁਝ ਕਰਦੇ ਵੀ ਸਾਡੇ ਜੋ ਹੀ ਇੱਥੇ ਆ ਕੇ ਔਂਕੜਾ ਵੀ ਕਿ ਸਾਡੇ ਬੱਚਿਆਂ ਨੂੰ ਨਾ ਦੇਖਣੀਆਂ ਪਈਆਂ ਹਨਾ ਉਹ ਬੈਟਰ ਕਰਨ ਦੇ ਚੱਕਰ 'ਚ ਹੀ ਕਦੋਂ ਮਾੜਾ ਕਰ ਲੈਨੇ ਸਾਨੂੰ ਆਪ ਨੂੰ ਨਹੀਂ ਪਤਾ ਹੂੰ ਵੈਲਕਮ ਮੈਂ ਨਾ ਅਕਸਰ ਇੱਕ ਗੱਲ ਕਰਦਾ ਹੁੰਨਾ ਆ ਮੈਂ ਇੱਕ ਫਿਲਮ ਸ਼ਾਇਦ ਜੀ ਆਇਆਂ ਨੂੰ ਉਹਦੇ ਵਿੱਚ ਹਰ ਭਜਨਮਾਨ ਆਪਣੇ ਜਦੋਂ ਬਾਹਰ ਜਾਂਦਾ ਹੈ ਤੇ ਉਹ ਆਪਣੇ ਦੋਸਤ ਕੋਲ ਜਾਂਦਾ ਤੇ ਉਹਦਾ ਜਿਹੜਾ ਦੋਸਤ ਹੈ ਉਹ ਇੱਕ ਮਤਲਬ ਗੋਰੀ ਨਾਲ ਵਿਆਹਿਆ ਹੁੰਦਾ ਪਰ ਉਹਦਾ ਜਿਹੜਾ ਮੁੰਡਾ ਉਹ ਪੰਜਾਬੀ ਬੋਲਦਾ ਹੁੰਦਾ ਤੇ ਉਹ ਉਹਨੂੰ ਪੁੱਛਦਾ ਕਿ ਤੇਰਾ ਮੁੰਡਾ ਇੰਨੀ ਸੁਣੀ ਪੰਜਾਬੀ ਬੋਲਦਾ ਆ ਉਹਦਾ ਡਾਇਲੋਗ ਜਿਹੜਾ ਰਿਪਲਾਈ ਉਹ ਮੈਨੂੰ ਹਮੇਸ਼ਾ ਮੇਰੇ ਦਿਮਾਗ 'ਚ ਵਜਦਾ ਰਹਿੰਦਾ ਕਿ ਜੇ ਇਹਨਾਂ ਦੇਸ਼ਾਂ 'ਚ ਜਾ ਕੇ ਅਸੀਂ ਬੱਚੇ ਹੀ ਗਵਾਲੇ ਤੇ ਕਮਾਇਆ ਕਿ ਲਮਾਇਆ ਤੇ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਡਾਲਰਾਂ ਦੇ ਕਮਾਉਣ ਦੇ ਇੱਕ ਦੌੜ ਦੇ ਵਿੱਚ ਆਪਣੇ ਬੱਚੇ ਅਕਸਰ ਗਵਾ ਲੈਂਦੇ ਆ ਸਾਡੇ ਸਾਹਮਣੇ ਬਹੁਤ ਸਾਰੀਆਂ ਐਗਜ਼ਾਮਪਲਾਂ ਆ ਸਾਡੇ ਜਿਹੜੇ ਇੱਥੇ ਪੁਰਾਣੇ ਜਿਹੜੇ ਮਤਲਬ ਹਰੇਕ ਕਮਿਊਨਿਟੀ ਇਹ ਨਹੀਂ ਸਿਰਫ ਪੰਜਾਬੀ ਕਮਿਊਨਿਟੀ ਹਰੇਕ ਕਮਿਊਨਿਟੀ ਦੇ ਵਿੱਚ ਇਦਾਂ ਦੀਆਂ ਐਗਜ਼ਾਮਪਲਾਂ ਕਿ ਅਸੀਂ ਵੱਡੇ ਵੱਡੇ ਘਰ ਖੜੇ ਕਰ ਲਏ ਪਰ ਸਾਡੇ ਬੱਚੇ ਸਾਡੇ ਨਾਲ ਨਹੀਂ ਰਹਿੰਦੇ ਦੇਖੋ ਜੀ ਲਾਈਫ ਇਜ਼ 올 ਅਬਾਊਟ ਪੋਸੀਬਿਲਟੀਜ਼ ਜੇ ਅੱਜ ਤੁਸੀਂ 100 ਡਾਲਰ ਦਾ ਖਰਚਾ ਰੋਜ਼ ਲਓਗੇ ਦਹਾ ਸਾਲਾਂ ਬਾਅਦ ਤੁਸੀਂ ਇਹਨੇ ਲੱਖ ਤੇ ਕਰਜ਼ਾਈ ਹੋ ਜਾਓਗੇ ਬਿਲਕੁਲ ਠੀਕ ਹੈ ਨਾ ਸਾਡੇ ਕੋਲ ਕੋਈ ਇਦਾਂ ਦੀ ਟਾਈਮ ਮਸ਼ੀਨ ਨਹੀਂ ਵੀ ਆਪਾਂ ਫਿਊਚਰ 'ਚ ਜਾ ਕੇ ਕੁਝ ਦੇਖ ਸਕੀਏ ਹਾਂ ਹਾਂ ਆਪਾਂ ਵਿਜ਼ਨ ਕਰ ਸਕਦੇ ਹਾਂ ਪ੍ਰੋਜੈਕਸ਼ਨ ਕਰ ਸਕਦੇ ਹਾਂ ਹੂੰ ਵੀ ਅੱਜ ਜੇ ਆਪਾਂ ਇੰਨੇ ਘੰਟੇ ਕੰਮ ਕਰਦੇ ਆਂ ਤੇ ਬੱਚਾ ਨੂੰ ਸਿਰਫ 2 ਘੰਟੇ ਦੇ ਪਾ ਰਹੇ ਹਾਂ ਠੀਕ ਹੈ ਨਾ ਉਦੋਂ ਬਾਅਦ ਜੀ ਇੱਕ ਕੰਟਰੈਕਟ ਹੋਰ ਚੱਕ ਲਿਆ ਫਿਰ ਆਪਾਂ ਬੱਚਾ ਨੂੰ ਸਿਰਫ ਅੱਧਾ ਘੰਟਾ ਦੇ ਪਾਵਾਂਗੇ ਹੂੰ ਹੌਲੀ 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 ਉਹ ਲਿੰਕ ਟੁੱਟ ਜਾਂਦਾ ਟੁੱਟ ਜਾਂਦਾ ਬਿਲਕੁਲ ਉਹਨੂੰ ਰੀਕ੍ਰੀਏਟ ਕਰਨਾ ਬਹੁਤ ਅੱਖਾ ਜਾਂਦਾ ਹੂੰ ਠੀਕ ਹੈ ਨਾ ਇਸ ਇਹਨਾਂ ਚੀਜ਼ਾਂ ਤੋਂ ਦੇਖਣ ਦੀ ਲੋੜ ਆਪਾਂ ਇੱਥੇ ਆਏ ਇੰਨੀ ਮਿਹਨਤ ਸਾਰਿਆਂ ਨੇ ਕੀਤੀ ਮੈਂ ਕਿਹਾ ਜਿੰਨੇ ਵੀ ਬਹੁਤ ਮਿਹਨਤ ਕੀਤੀ ਕਿਉਂਕਿ ਸਾਨੂੰ ਲੋੜ ਸੀ ਹੂੰ ਕਿਤਨੇ ਕਿਤੇ ਜਿਹੜੀ ਲੋੜ ਆ ਉਹ ਕਾਰ ਦੀ ਮਾਇਜ ਤਾਂ ਪੂਰੀ ਹੈ ਨਾ ਬਿਲਕੁਲ ਤੇ ਜੇ ਸਾਡੇ ਓਨਲੀ ਜੇਨਰੇਸ਼ਨ ਕੋ ਕੋਈ ਲੋੜ ਹੀ ਨਾ ਰਹੀ ਹੂੰ ਹੁਣ ਇੱਥੇ ਸਾਡੇ ਅੰਕਲ ਹੁੰਦੇ ਸੀ ਕਈ ਲੋਕਾਂ ਦੀ ਸੋਚ ਕਿੰਨੀ ਉੱਚੀ ਹੁੰਦੀ ਹੈ ਨਾ ਹੂੰ ਉਹ ਬੰਦਾ ਕੋਈ ਵੀ ਮਹਿੰਗੀ ਕਾਰ ਹੂੰ ਇਸ ਦਾ ਵਾਈ ਕਰ ਸਕਦਾ ਜੀ ਉਨੇ ਐਕਸਪੋਰਟਸ ਕਰ ਲਈ ਹੂੰ ਜਾਣਬੁੱਝ ਕੇ 10000 ਡਾਲਰ ਡਾਊਨ ਪੇਮੈਂਟ ਲੋਨ ਕਰਾਇਆ ਹੂੰ ਤੇ ਆਪਣੀ ਬੇਟੀ ਨੂੰ ਕਹਿੰਦਾ ਵੀ ਸਾਹਮਣੇ 711 ਤੇ ਜਾ ਕੇ ਤੂੰ 4 ਘੰਟੇ ਜੌਬ ਕਰਨੀ ਹੈ ਹੂੰ ਜਾਂ 2 ਘੰਟੇ ਹੂੰ ਤੇ ਤੂੰ ਬਾਕੀ ਕਿਸ਼ਤਾਂ ਤੂੰ ਲਾਉਣੀ ਆ ਹੂੰ ਉਹਨੇ ਕਿ ਜ਼ਿੰਦਗੀ ਦਾ ਲਾਈਫ ਲੈਸਨ ਦਿੱਤਾ ਉਹਨੇ ਹੂੰ ਠੀਕ ਹੈ ਨਾ ਉਹ ਫਿਰ ਸਪੀਡਿੰਗ ਵੀ ਨਹੀਂ ਕਰੇਗੀ ਉਹ ਨੂੰ ਧੋਕੇ ਵੀ ਰੱਖੇਗੀ ਤੇਲ ਵੀ ਟਾਈਮ 'ਚ ਰਪਾਏਗੀ ਬਿਲਕੁਲ ਜੇ ਤੂੰ ਤੀ ਸਾਰਾ ਕੁਝ ਉਹਨੂੰ ਦੇ ਦਿੱਤਾ ਹੂੰ ਉਹਦੀ ਵੈਲਿਊ ਰਹੀ ਰਹਿੰਦੀ ਜਿੱਦਾਂ ਆਪਾਂ ਕੱਲ ਗੱਲ ਕਰਦੇ ਸੀ ਹੂੰ ਵੀ ਤੁਸੀਂ ਡੇਲੀ ਕੰਮ ਤੇ ਜਾਂਦੇ ਹੋ ਹੂੰ ਤੁਸੀਂ ਕਦੀ ਨੋਟਿਸ ਨਹੀਂ ਕਰਦੇ ਪਰ ਇੱਕ ਬਿਲਡਿੰਗ ਉੱਥੋਂ ਟਹਿ ਜਾਏ ਤੁਸੀਂ ਕਹਣਾ ਕਿ ਯਾਰ ਜੱਸੀ ਇੱਥੇ ਕੋਈ ਸੀਗਾ ਹੂੰ ਬਿਲਕੁਲ ਠੀਕ ਹੈ ਨਾ ਜੀ ਜਿੰਨੇ ਚਿਰ ਚੀਜ਼ ਜਿੰਦੀ ਕੀ ਜੋ ਜਾਂਦੀ ਨਹੀਂ ਹੂੰ ਉਹਨਾਂ ਦਾ ਦਿਮਾਗ ਨੂੰ ਰੈਕੋਗਨਾਈਜ਼ ਨਹੀਂ ਕਰ ਬਿਲਕੁਲ ਮੈਂ ਅੱਗੇ ਵੀ ਇਹੀ ਗੱਲ ਕਰਦਾ ਹੁੰਨਾ ਕਿ ਅਸੀਂ ਸਾਨੂੰ ਐ ਲੱਗਦਾ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਸਭ ਕੁਝ ਕਮਾ ਕੇ ਦਿੱਤਾ ਅਸੀਂ ਵੱਡੇ ਵੱਡੇ ਘਰ ਦੇ ਦਿੱਤੇ ਨਿਆਣਿਆਂ ਨੂੰ ਸਾਡੇ ਵੱਡੇ ਵੱਡੇ ਕਾਰੋਬਾਰ ਖੜੇ ਕਰਤੇ ਤੇ ਸ਼ਾਇਦ ਅਸੀਂ ਜਿਹੜੇ ਅੱਜ ਟਾਈਮ ਨਹੀਂ ਦਿੱਤਾ ਉਹਦੀ ਪਰਪਾਈ ਕਰ ਲਾਂਗੇ ਪਰ ਮੈਨੂੰ ਲੱਗਦਾ ਕਿ ਇਸ ਤੋਂ ਉਲਟਾ ਹੁੰਦਾ ਕਿ ਜੇ ਤੁਸੀਂ ਅੱਜ ਟਾਈਮ ਦਿੱਤਾ ਹਾਲਾਂਕਿ ਚਾਹੇ ਆਪਣੇ ਬੱਚੇ ਨੂੰ ਬਹੁਤਾ ਪੈਸਾ ਨਾ ਦੇ ਸਕੋ ਤੁਸੀਂ ਪਰ ਜੇ ਤੁਸੀਂ ਆਪਣੇ ਲਾਈਫ ਲੈਸਨਸ ਉਹਨਾਂ ਨੂੰ ਦੇਤੇ ਚੰਗੀਆਂ ਵੈਲਿਊਜ਼ ਦੇਤੀਆਂ ਤਾਂ ਤੁਹਾਡੇ ਨਾਲ ਮੋਰ ਕਨੈਕਟਡ ਰਹਿਣਗੇ ਤੁਹਾਡੇ ਨਾਲ ਜੁੜੇ ਰਹਿਣਗੇ ਪਰ ਜੇ ਅਸੀਂ ਸਿਰਫ ਪੈਸਾ ਦੇਤਾ ਤੇ ਕੱਲ ਨੂੰ ਜਿਹੜੇ ਸਾਡੇ ਬੱਚੇ ਆ ਸਾਡੇ ਭਾਵੇਂ ਬੈਂਕਾਂ ਦੇ ਵਿੱਚ ਮਿਲੀਅਨ ਡਾਲਰ ਵੀ ਪਿਆ ਹੋਵੇ ਉਹ ਕਿਸੇ ਖਾਮ ਨਹੀਂ ਰਹਿਣਾ ਹਾਂਜੀ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕੌਂਸ਼ੀਅਸ ਪੇਰੈਂਟਿੰਗ ਜੀ ਪੈਂਡਰਮ ਸੋ ਚਾਈ ਦੀ ਕਿਤਾਬ ਆ ਹਮ ਜਿਸ ਚ ਉਹ ਕਹਿੰਦਾ ਹੈ ਕਿ ਬੱਚਿਆਂ ਨੂੰ ਕਦੀ ਇਹ ਗੱਲਾਂ ਕਹੋ ਹਮ ਵੀ ਤੇਰੇ ਫੈਂਚੀ ਸ਼ੂਜ਼ ਨੇ ਤੇਰੀ ਵਾਲ ਬੜੀ ਸੋਹਣੀ ਹੈ ਤੇਰਾ ਜੈਕਟ ਬੜੀ ਸਟਾਈਲਿਸ਼ ਹੈ ਉਹਨੂੰ ਹਮੇਸ਼ਾ ਇਹ ਗੱਲ ਕਹੋ ਵੀ ਤੂੰ ਕਿੰਨਾ ਪੇਸ਼ੈਂਟ ਹੈ ਹੂੰ ਤੂੰ ਕਿੰਨਾ ਦਿਆਲੂ ਹੈ ਹਨਾ ਤੂੰ ਕਿੰਨਾ ਨਾਈਸ ਹੈ ਵੈਲਿਊਸ ਪਾਓ ਉਹਦੇ ਵਿੱਚ ਬਿਲਕੁਲ ਤੇ ਇੱਕ ਚੀਜ਼ ਹੋਰ ਆ ਜਦੋਂ ਆਪਾਂ ਪੂਰੀ ਮਿਹਨਤ ਕਰਕੇ ਕੋਈ ਚੀਜ਼ ਕਮਾਉਨੇ ਆ ਹੂੰ ਤਾਂ ਸਾਨੂੰ ਇਹ ਆਂਦਾ ਵੀ ਆਪਣੇ ਬੱਚਿਆਂ ਨੂੰ ਅਸੀਂ ਬਾਦਸ਼ਾਹ ਆਪਾਂ ਸ਼ਹਿਜਾਦੇ ਵਾਂਗ ਰੱਖੀਏ ਜੀ ਉੱਥੇ ਆਪਾਂ ਗਲਤੀ ਕਰ ਲੈਂਦੇ ਹੂੰ ਉਹਨਾਂ ਤੇ ਪੇਸ਼ੈਂਸ ਸਕਿੱਲ ਕਰ ਦਿੰਦੇ ਹਾਂ ਬਿਲਕੁਲ ਬੱਚੇ ਕੋਈ ਵੀ ਚੀਜ਼ ਮੰਗਦੇ ਉਹਨਾਂ ਨੂੰ ਥੋੜਾ ਜਿਹਾ ਰੋਕੇ ਹੁਣ ਆਪਾਂ ਚਿੱਤਰਹਾਰ ਦੀ ਵੇਟ ਕਰਦੇ ਹੁੰਦੇ ਸੀ ਹਫਤਾ ਹਫਤਾ ਬੱਸਾਂ ਦੀ ਵੇਟ ਕਰਦੇ ਹੁੰਦੇ ਸੀ ਦੋ ਦੋ ਘੰਟੇ ਜੀ ਠੀਕ ਆ ਕਿਤੇ ਮੇਲੇ ਤੇ ਜਾਣਾ ਤੇ ਹਿੰਨਾ-ਹਿੰਨਾ ਪਹਿਲੇ ਦੇ ਦੇਂਦੇ ਵੀ ਕੋਈ ਵਿਆਹ ਆ ਗਿਆ ਵੇਟਿੰਗ ਟਾਈਮ ਬਹੁਤ ਜ਼ਿਆਦਾ ਸੀ ਹਮ ਹੁਣ ਤੁਸੀਂ ਕੋਈ ਵੀ ਚੀਜ਼ ਊਬਰ ਚਾਹੀਦੀ ਹੈ ਪੀਜ਼ਾ ਚਾਹੀਦਾ ਬਿਲਕੁਲ ਫਿਲਮ ਚਾਹੀਦੀ ਹੈ ਬਿਲਕੁਲ ਵੇਟ ਕਰਨ ਦੀ ਆਦਤ ਹੀ ਨਹੀਂ ਰਹੀ ਆਦਤ ਹੀ ਰਹੀ ਫੇਰ ਤਲਾਕ ਵੀ ਹਮ ਕਿਉਂ ਕਿਉਂਕਿ ਉਹ ਕਦੀ ਡਿਵੈਲਪ ਹੀ ਨਹੀਂ ਹੋ ਸਕੀ ਉਹ ਚੀਜ਼ ਹਮ ਤੇ ਉਹ ਡਿਵੈਲਪ ਕਰਨੀ ਕਿੰਨੇ ਆ ਬਿਲਕੁਲ ਉਹੀ ਉਹੀ ਗੱਲ ਹੈ ਨਾ ਜੱਸੀ ਭਾਈ ਕਿ ਅਸੀਂ ਜੋ ਕੁਝ ਜਾਲੇ ਸਾਡੇ ਆਲੇ ਦੁਆਲੇ ਬੁੜੀ ਬੈਠੇ ਆ ਜਿੰਨੀਆਂ ਵੀ ਸਾਡੇ ਪ੍ਰੋਬਲਮਾਂ ਆ ਰਹੀਆਂ ਹਨ ਜੀ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਪਰਮਾਤਮਾ ਵੱਲੋਂ ਹੁੰਦੀਆਂ ਸਾਡੇ ਵਾਸਤ ਵਿੱਚ ਨਹੀਂ ਹੁੰਦੀਆਂ ਪਰ ਜਿਹੜੀ ਬਹੁਤਾਤ ਆ ਸਾਡੇ ਜ਼ਿੰਦਗੀ 'ਚ ਮੁਸ਼ਕਲਾਂ ਆ ਉਹ ਉਹਦੀ ਜਿਹੜਾ ਕਾਰਨ ਹੈ ਉਹ ਸਾਡਾ ਜੀਵਨ ਸ਼ੈਲੀ ਆ ਅਸੀਂ ਜਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਜਿਉਂ ਰਹੇ ਆ ਜਿਸ ਤਰੀਕੇ ਨਾਲ ਅਸੀਂ ਸਿਰਫ ਕੰਮ ਨੂੰ ਪ੍ਰਾਇੋਰਟੀ ਕਹਾਂ ਕੰਮ ਪ੍ਰਾਇੋਰਟੀ ਹੋਣਾ ਚਾਹੀਦਾ ਆ ਪਰ ਕਿੱਥੋਂ ਤੱਕ ਜਿੱਥੋਂ ਤੱਕ ਸਾਡੀਆਂ ਲੋੜਾਂ ਪੂਰੀਆਂ ਹੁੰਦੀਆਂ ਦੇਖੋ ਡੇਵਿਡ ਮੋਰਗਨ ਦੀ ਕਿਤਾਬ ਆ ਦ ਸਿਕਾਲੋਜੀ ਆਫ ਮਨੀ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਪੈਸੇ ਕਿੰਨੇ ਕਮਾਉਣੇ ਆ ਹੂੰ ਉੱਥੇ ਵਿਰਾਮ ਚ ਨਾ ਲਾ ਕੇ ਉਹਨੂੰ ਇੰਜੋਏ ਕਰੋ ਇੰਜੋਏ ਕਰੋ ਫਿਰ ਲਾਈਫ ਦੇ ਵਿੱਚ ਦੂਜਾ ਟਾਰਗੇਟ ਮਿੱਥੋ ਹੋ ਸਕਦਾ ਉਹ ਤੋਂ ਵੱਡਾ ਹੋਵੇ ਜਾਂ ਤੁਹਾਡੀ ਉਮਰ ਦੇ ਹਿਸਾਬ ਨਾਲ ਉਹ ਤੋਂ ਥੱਲੇ ਹੋਵੇ ਸਮ ਟਾਈਮਸ ਯੂ ਹੈਵ ਟੂ ਡੂ ਅ ਫਾਈਨੈਂਸ਼ੀਅਲ ਸੈਕ੍ਰੀਫਾਈਸ ਹੂੰ ਟੂ ਡੂ ਅ ਰਿਚ ਲਾਈਫ ਬਿਲਕੁਲ ਬਿਲਕੁਲ ਜਦੋਂ ਤੁਸੀਂ ਇਹ ਚੀਜ਼ ਨੂੰ ਸਮਝ ਜਾਂਦੇ ਨਾ ਹੂੰ ਉਦੋਂ ਲਾਈਫ ਬਹੁਤ ਇਜ਼ੀ ਹੋ ਜਾਂਦੀ ਹੈ ਉਦੋਂ ਜਿੱਦਾਂ ਤੁਸੀਂ ਅਕਸਰ ਰੈਡ ਰੇਸ ਦੀ ਬਹੁਤ ਗੱਲ ਕਰਦੇ ਹੋ ਉਹ ਤੁਹਾਨੂੰ ਪਤਾ ਲੱਗ ਗਿਆ ਵੀ ਇੱਕ ਰੇਸ ਉਦੋਂ ਤੁਸੀਂ ਸਮਝ ਲਓ ਵੀ ਤੁਹਾਨੂੰ ਮੈਡਲ ਮਿਲ ਗਿਆ ਤੁਸੀਂ ਜਿੱਤ ਗਏ ਤੁਸੀਂ ਉਸ ਤੋਂ ਬਾਹਰ ਹੋ ਗਏ ਬਿਲਕੁਲ ਕਿਉਂਕਿ ਲਾਈਫ ਇਜ਼ ਅ ਬੈਲੈਂਸ ਬੈਲੈਂਸ ਤੋਂ ਗਾ ਚਲ ਗਿਆ ਜਦੋਂ ਲੋਡ ਤੋਂ ਵੱਧ ਕੰਮ ਕਰ ਲਿਆ ਹਨਾ ਉਹਦਾ ਕੋਈ ਫਾਇਦਾ ਨਹੀਂ ਉਹਦੀ ਸਾਡੀ ਉਹਦਾ ਡਬਲ ਨੁਕਸਾਨ ਹੈ ਹਾਂ ਬਿਲਕੁਲ ਫੈਮਿਲੀ ਲਾਈਫ ਸਾਡੀ ਡਿਸਟਰਬ ਹੋ ਗਈ ਸਾਡੇ ਬੱਚੇ ਸਾਡੇ ਤੋਂ ਦੂਰ ਹੋ ਗਏ ਸਾਡੀ ਜਿਹੜੀ ਨਾ ਤਾਂ ਜ਼ਿੰਦਗੀ ਚ ਸਕੂਨ ਰਿਹਾ ਤੇ ਜਦੋਂ ਸਾਨੂੰ ਲੱਗਾ ਕਿ ਹੁਣ ਅਸੀਂ ਸਭ ਕੁਝ ਕਮਾ ਕੇ ਦੇਤਾ ਹੁਣ ਸਾਡੇ ਬੱਚਿਆਂ ਨਾਲ ਅਸੀਂ ਟਾਈਮ ਸਿਰਫ ਫਿਰ ਸਾਡੇ ਬੱਚਿਆਂ ਕੋਲ ਸਾਡੇ ਨਾਲ ਬਤਾਉਣ ਲਈ ਟਾਈਮ ਨਹੀਂ ਹੋਣਾ ਨਹੀਂ ਕੋ ਫਿਰ ਐਡਲਟ ਅਵਸਥਾ ਤੇ ਜਾ ਕੇ ਉਹਨਾਂ ਨੂੰ ਹੋਰ ਰੁਝੇਵੇਂ ਹੋ ਜਾਂਦੇ ਆ ਹੂੰ ਤੇ ਉਹ ਲਿੰਕ ਇੱਕ ਵਾਰੀ ਉਹ ਦੁਬਾਰਾ ਐਸਟੈਬਲਿਸ਼ ਕਰਨਾ ਬਹੁਤ ਮੁਸ਼ਕਿਲ ਬਿਲਕੁਲ ਰਜੀਮ ਯਾਨ ਅਲੋ ਵਿੱਚ ਜਿਹੜਾ ਉਹ ਲਿੰਕ ਹੈ ਜਦੋਂ ਟੁੱਟ ਜਾਂਦਾ ਤੇ ਉਹ ਮੇਰੇ ਖਿਆਲੋਂ ਲਿੰਕ ਜਿਹੜਾ ਦੁਬਾਰਾ ਉਹ ਜਿਹੜੀ ਤੰਦ ਆ ਉਹ ਦੁਬਾਰਾ ਜੁੜਦੀ ਹੈ ਇਹ ਵੀ ਇਹ ਵੀ ਮੈਂਟਲ ਹੈਲਥ ਇਸ਼ੂਸ ਨੂੰ ਜਨਮ ਦਿੰਦੀ ਹੈ ਬਿਲਕੁਲ ਬਿਲਕੁਲ ਆਪਾਂ ਇਸੇ ਕਰਕੇ ਉਹ ਉਮਰ ਕੀਤਾ ਕੀ ਜੀ ਬਿਲਕੁਲ ਆਪਾਂ ਸਾਰੀਆਂ ਗੱਲਾਂ ਇਸੇ ਕਰਕੇ ਕਰ ਰਹੇ ਹਾਂ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਆਪਣੇ ਆਲੇ ਦੁਆਲੇ ਜਾਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਅਸੀਂ ਇਹ ਸਾਰਾ ਕੁਝ ਹੁੰਦਾ ਵੇਖਦੇ ਹਾਂ ਤੇ ਅੰਤ ਦੇ ਵਿੱਚ ਉਹ ਮੈਂਟਲ ਹੈਲਥ ਨੂੰ ਜਾਂ ਡਿਪਰੈਸ਼ਨ ਨੂੰ ਐਂਗਜ਼ਾਇਟੀ ਨੂੰ ਜਨਮ ਦਿੰਦੀਆਂ ਕਿ ਮੈਂ ਸਾਰਾ मतलब बहुत सारे ਆਪਾਂ ਸੁਣਦੇ ਆਂ ਇਦਾਂ ਕਹਿੰਦੇ ਕਿ ਮੈਂ ਸਾਰੀ ਆਪਣੀ ਜ਼ਿੰਦਗੀ ਆਪਣੇ ਬੱਚਿਆਂ ਨੂੰ ਦੇ ਦਿੱਤੀ ਉਹਨਾਂ ਨੂੰ ਕਮਾ ਕੇ ਆਹ ਬਣਾ ਕੇ ਦੇ ਦਿੱਤਾ ਤੇ ਅੱਜ ਮੇਰੇ ਨਿਆਣੇ ਮੈਨੂੰ ਪੁੱਛਦੇ ਨਹੀਂ ਤੇ ਉਹਦਾ ਕਾਰਨ ਕਿਤੇ ਨਾ ਕਿਤੇ ਇਹ ਕਿ ਅਸੀਂ ਉਸ ਤਰੀਕੇ ਨੂੰ ਸਮਝੇ ਨਹੀਂ ਪੈਸਾ ਜਿਹੜਾ ਉਹ ਸਾਡੇ ਬੱਚਿਆਂ ਦੀ ਲੋੜ ਨਹੀਂ ਆ ਹਾਂਜੀ ਉਹਨਾਂ ਨੂੰ ਜ਼ਰੂਰੀ ਆ ਜਿੰਨਾ ਕਿ ਲੋੜ ਆ ਉੰਨੀ ਕ ਦੋ ਪਰ ਜਿਹੜੀ ਗੁੱਡ ਵੈਲਿਊਜ਼ ਆ ਜਾਂ ਪ੍ਰਿੰਟਿੰਗ ਆ ਜੋ ਤੁਹਾਡਾ ਇੱਕ ਪਿਤਾ ਆ ਪਿਤਾ ਦਾ ਥਾਂ ਪੈਸਾ ਨਹੀਂ ਲੈ ਸਕਦਾ ਦੇਖੋ ਜੀ ਜਦੋਂ ਫਸਲ ਉਗਦੀ ਉਹਨੂੰ ਖਾਦ ਪਾਓ ਉਹਨੂੰ ਗੋਡੀ ਕਰੋ ਜਦੋਂ ਉਹ ਪੱਕ ਗਈ ਹੂੰ ਫੇਰ ਭਾਵੇਂ ਦੁਨੀਆ ਦੀ ਬਿਹਤਰੀਨ ਖਾਦ ਲਾ ਕੇ ਪਾ ਦਿਓ ਉਹ ਤਾਂ ਫਿਰ ਉਹਦਾ ਫਾਇਦਾ ਨਹੀਂ ਬਿਲਕੁਲ ਉਹਨੂੰ ਟਾਈਮ ਟੂ ਸੈਮ ਉਹਦੀ ਤੁਸੀਂ ਜਿਹੜੀ ਆ ਦੇਖਭਾਲ ਕਰੋ ਤੇ ਫਸਲ ਬਹੁਤ ਵਧੀਆ ਹੋएगी ਬੱਚੇ ਵੀ ਇਹੀ ਚੀਜ਼ ਨੇ ਗਰੋਇੰਗ ਸਟੇਜ ਨੇ ਉਹ ਹਰ ਚੀਜ਼ ਨੂੰ ਆਬਜ਼ਰਵ ਕਰ ਲੈਣੇ ਜੀ ਸਿਆਣੇ ਪੇਰੈਂਟਸ ਹਾਂ ਦੇਖੋ ਹਰ ਘਰ ਦੇ ਵਿੱਚ ਜਿੱਥੇ ਕਹਿੰਦੇ ਚਾਰ ਭਾਂਡੇ ਹੁਣ ਖੜਕ ਜਾਂਦੇ ਹੂੰ ਜਿਹੜੇ ਗੁੱਡ ਪੇਰੈਂਟਸ ਨੇ ਉਹ ਜੇ ਮੰਨ ਲਓ ਉਹਨਾਂ ਨੂੰ ਕੋਈ ਗੱਲ ਤੇ ਗੁੱਸਾ ਵੀ ਆ ਜੀ ਦਿਲ ਵੇਟ ਉਹ ਬੱਚਾ ਸਾਹਮਣੇ ਕਦੀ ਆਪਣੀ ਵਾਇਸ ਰੇਜ਼ ਨਹੀਂ ਕਰਦਾ ਕੋਈ ਇਸ਼ੂ ਆ ਉਹ ਬਾਅਦ ਚ ਸੌਟ ਆਊਟ ਕਰ ਦੇ ਹੂੰ ਕਿਉਂਕਿ ਬੱਚੇ ਬੋਲਦੇ ਕੁਝ ਨਹੀਂ ਬਿਲਕੁਲ ਅਬਜ਼ਰਵ ਕਰਦੇ ਆ ਬਿਲਕੁਲ ਉਹ ম্যাগਨੇਟਿੰਗ ਉਹ ਹਰ ਚੀਜ਼ ਆਪਣੇ ਆਪ ਚ ਖਿੱਚਦੇ ਨੇ ਹੂੰ ਤੇ ਕਾਫੀ ਇਸ਼ੂਸ ਇਦਾਂ ਦੇ ਹੁੰਦੇ ਆ ਜਿਹਦੇ ਵਿੱਚ ਤੁਸੀਂ ਗੱਲ ਅੰਡਰਸਟੈਂਡ ਕਰ ਲਈ ਨਹੀਂ ਸੁਣਦੇ ਸਿਰਫ ਰਿਪਲਾਈ ਮਾਰ ਲਈ ਸੁਣਦੇ ਹੂੰ ਠੀਕ ਹੈ ਨਾ ਤੁਸੀਂ ਚਾਬੀ ਭੁੱਲ ਗਏ ਤੋਂ ਨਹੀਂ ਉਦਨ ਅਥਿਆ ਭੁੱਲ ਗਈ ਹੂੰ ਠੀਕ ਹੈ ਨਾ ਤੋਂ ਉਹ ਅਗਲੇ ਚ ਬਲੇਮ ਗੇਮ ਜਿਹੜੀ ਉਹਦਾ ਕੋਈ ਐਂਡ ਨਹੀਂ ਨਾ ਬਿਲਕੁਲ ਜੇ ਤੁਹਾਨੂੰ ਕਿਸੇ ਨੇ ਕੋਈ ਗੱਲ ਕਹੀ ਉਹਨੂੰ ਅੰਡਰਸਟੈਂਡ ਕਰ ਲਈ ਸੁਣੋ ਵੀ ਅੱਛਾ ਮੈਂ ਕਿੱਦਾਂ ਸਹੀਦ ਕਰ ਸਕਦਾ ਹੂੰ ਵਿੱਚ ਮੈਂ ਕਿੱਦਾਂ ਸੁਧਾਰ ਲੈ ਸਕਦਾ ਹੂੰ ਠੀਕ ਹੈ ਹਰ ਕਬੰਦੀ ਦੀ ਪਰਸੈਪਸ਼ਨ ਹੈ ਬਿਲਕੁਲ ਤੁਸੀਂ ਦੁਨੀਆ 'ਚ ਕੁਝ ਵੀ ਚੇਂਜ ਕਰ ਸਕਦੇ ਹੋ ਤੁਸੀਂ ਕਿਸੇ ਦੀ ਪਰਸੈਪਸ਼ਨ ਨਹੀਂ ਚੇਂਜ ਕਰ ਸਕਦੇ ਠੀਕ ਹੈ ਨਾ ਹੁਣ ਇੱਕ ਜਦ ਆਪਾਂ ਅਕਸਰ ਹੱਸਦੇ ਹਾਂ ਗੱਲ ਕਰਕੇ ਵੀ ਮੀ ਆਉਂਦਾ ਤੇ ਇੱਕ ਬੰਦਾ ਕਹਿੰਦਾ ਯਾਰ ਉਹ ਗੱਡੀ ਧੋਣੀ ਪੈਣੀ ਹੈ ਦੂਜਾ ਕਹਿੰਦਾ ਵਧੀਆ ਮੀ ਪਾ ਕੇ ਗੱਡੀ ਧੋਤੀ ਗੱਡੀ ਧੋਤੀ ਬਿਲਕੁਲ ਹਨਾ ਇੱਕ ਫੌਜੀ ਆ ਰਫਲ ਨੂੰ ਤੇਲ ਦੇ ਕੇ ਰ ਆਦਾ ਕਹਿੰਦਾ ਕਦੋਂ ਲੜਾਈ ਲੱਗੇ ਤੇ ਮੈਂ ਦੱਸਾਂ ਮੈਂ ਕਿੰਨਾ ਬਹਾਦਰ ਹਾਂ ਦੂਜਾ ਤੂੰ ਬੱਤੀ ਕਹਿੰਦਾ ਨਜ਼ਰ ਰੱਬਾ ਕਿ ਤੇ ਲੜਾਈ ਲੜ ਲੜਾਈ ਬਿਲਕੁਲ ਇੱਕ ਗਲਾਸ ਆ ਜੀ ਭਰਿਆ ਅੱਧਾ ਗਲਾਸ ਕਹਿੰਦੇ ਪਾਣੀ ਦਾ ਭਰਿਆ ਹੈ ਉਹ ਤੁਹਾਨੂੰ ਭਰਿਆ ਦਿਸਦਾ ਜਾਂ ਖਾਲੀ ਹੈ ਉਹ ਤੁਹਾਡੇ ਨਜ਼ਰੀਏ ਤੇ ਡਿਪੈਂਡ ਕਰਦਾ ਤੁਸੀਂ ਜ਼ਿੰਦਗੀ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਅਮੀਰੀ ਜਿਹੜੀ ਹੈ ਤੁਹਾਡੀ ਜ਼ਿੰਦਗੀ ਤੇ ਪੈਸੇ ਚ ਦਿਸਦੀ ਹੈ ਜਾਂ ਤੁਹਾਨੂੰ ਤੁਹਾਡੇ ਬੱਚਿਆਂ ਚ ਦਿਸਦੀ ਜਸਦੀ ਭਾਈ ਅੱਜ ਦਾ ਜਿਹੜਾ ਆਪਾਂ ਇਹ ਕਿਉਂਕਿ ਮੁੱਦਾ ਏਡਾ ਵੱਡਾ ਕੇ ਇਹਦੇ ਤੇ ਜਿੰਨੀ ਗੱਲ ਕੀਤੀ ਜਾਵੇ ਉਨੀ ਥੋੜੀ ਹੈ ਤੇ ਆਪਾਂ ਵਾਰ-ਵਾਰ ਇਹਤੇ ਤੇ ਪ੍ਰੋਗਰਾਮ ਕਰਦੇ ਰਹਾਂਗੇ ਪਰ ਜੇ ਅੱਜ ਦੇ ਪ੍ਰੋਗਰਾਮ ਦਾ ਤੁਸੀਂ ਨਿਚੋੜ ਸਾਡੇ ਦਰਸ਼ਕਾਂ ਨੂੰ ਕੁਝ ਦੇਣਾ ਚਾਹੋ ਭਈ ਉਹ ਆਪਣੀ ਜ਼ਿੰਦਗੀ ਦੇ ਵਿੱਚ ਸ਼ੁਰੂਆਤ ਕਿੱਥੋਂ ਕਰਨ ਕਿੱਦਾਂ ਮਤਲਬ ਮੈਡੀਟੇਸ਼ਨ ਕਰਨ ਜਾਂ ਕਿਵੇਂ ਸ਼ੁਰੂਆਤ ਕਰਨ ਕਿ ਇਸ ਜਿਹੜੀ ਮੈਂਟਲ ਸਟੇਟ ਆ ਜੇ ਉਹ ਕਿਸੇ ਤਰੀਕੇ ਨਾਲ ਉਲਝ ਰਹੇ ਆ ਜਾਂ ਬੱਚਿਆਂ ਨਾਲ ਇਦਾਂ ਦੀ ਕੋਈ ਪ੍ਰੋਬਲਮਸ ਆ ਰਹੀ ਹੈ ਤੇ ਕਿੱਦਾਂ ਉਹਦੇ ਤੇ ਆਪਾਂ ਖਤਮ ਕਰੀਏ ਫਿਰ ਫੇਰ ਅਗਲੇ ਪ੍ਰੋਗਰਾਮਾਂ 'ਚ ਕਰਾਂਗੇ ਉਹਦੇ ਵੀਰੇ ਮੈਂ ਇੱਕੋ ਗੱਲ ਕਹਾਂਗਾ ਹਰ ਇੱਕ ਬੰਦੇ ਦੇ ਆਪਣੇ ਵੱਖਰੇ ਟਾਰਗੇਟਸ ਨੇ ਜਿੱਥੇ ਮੈਂ ਉਹਨਾਂ ਨੂੰ ਸੁਜੈਸਟ ਕਰ ਸਕਦਾ ਵੀ ਕੰਸਿਸਟੈਂਟ ਰਹਿਣ ਹੂੰ ਪੇਸ਼ੈਂਟ ਰਹਿਣ ਨੇਚਰ ਦੇ ਨਾਲ ਜਿੰਨਾ ਹੋ ਸਕੇ ਕਨੈਕਟ ਹੋਣ ਹੂੰ ਕਿਉਂਕਿ ਸਾਇੰਸ ਵੀ ਗੱਲ ਮੰਨਦੀ ਹੈ ਵੀ ਜਿਹੜੇ ਬੂਟ ਨੇ ਇਹ ਪਰਮਨੈਂਟ ਇਨਸੂਲੇਟਰ ਨੇ ਜੀ ਕਾ ਦੇ ਉੱਤੇ ਤੁਰਨਾ ਜ਼ਰੂਰੀ ਹੈ ਤੁਹਾਨੂੰ ਮੈਗਨੈਟਿਕ ਵੇਵਸ ਮਿਲਦੀਆਂ ਹੂੰ ਠੀਕ ਹੈ ਜੀ ਤੇ ਜਿੱਦਾਂ ਤੁਸੀਂ ਮੰਨ ਲਓ ਅੱਜ ਮੈਂ ਤੁਹਾਡੇ ਸਾਹਮਣੇ ਲਾ ਕੇ ਪਿਆਨੋ ਰੱਖਦਾ ਤੁਸੀਂ ਪਾ ਪੂ ਪਾ ਪੂ ਕਰਕੇ ਕਹਣਾ ਯਾਰ ਕੋਈ ਫਾਇਦਾ ਨਹੀਂ ਜੇ ਤੁਸੀਂ ਕੰਸਿਸਟੈਂਟ ਰਹੋਗੇ ਹੌਲੀ ਹੌਲੀ ਤੁਹਾਨੂੰ ਉਹਦੇ ਰਿਦਮਸ ਸਮਝ ਲੱਗਣਗੇ ਉਹਦੇ ਸੁਰ ਨਿਕਲਣਗੇ ਬਿਲਕੁਲ ਹਰ ਬੰਦਾ ਯੂਨੀਕ ਹੈ ਹੋ ਸਕਦਾ ਤਾਂ ਕਿ ਇਹੋ ਜਿਹੀ ਤੁਹਾਨੂੰ ਬਣਾ ਦੋ ਜਿਹੜੀ ਏ ਆਰ ਰਹਿਮਾਨ ਕੋਈ ਨਾ ਹੋਵੇ ਬਿਲਕੁਲ ਠੀਕ ਹੈ ਨਾ ਹਰ ਬੰਦਾ ਯੂਨੀਕ ਹੈ ਇਸ ਕਰਕੇ ਜਿੱਦਾਂ ਆਪਾਂ ਪਹਿਲੇ ਕਿਹਾ ਵੀ 2 ਮਿੰਟ ਬ੍ਰਸ਼ ਕਰਨ ਨਾਲ ਬਹੁਤ ਕੁਝ ਹੁੰਦਾ 4 ਘੰਟੇ ਬੁਸ਼ ਕਰਨਾ ਕੁਝ ਨਹੀਂ ਹੁੰਦਾ ਉਸੇ ਤਰ੍ਹਾਂ 20 ਮਿੰਟ ਜਿਮ ਕਰਨ ਨਾਲ ਬਹੁਤ ਕੁਝ ਹੁੰਦਾ ਵੀ ਕੈਨ ਟੇਕ ਦੇਨ ਕਰਨਾ ਕੁਝ ਨਹੀਂ ਦਾ ਕੰਸਿਸਟੈਂਟ ਰੋ ਹਮਮ ਔਰ ਇਸ ਚੀਜ਼ ਦੀ ਗਾਰੰਟੀ ਹੈ ਤੁਸੀਂ ਕਿਸੇ ਵੀ ਕੋਲ ਜਾ ਕੇ ਪੁੱਛ ਲਓ ਤੁਹਾਨੂੰ ਨੇਚਰ ਕਦੀ ਵੀ ਡਿਸਕ੍ਰਿਮੀਨੇਟ ਨਹੀਂ ਕਰੇਗਾ ਬਿਲਕੁਲ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਆਹ ਪ੍ਰੋਬਲਮ ਹੈ ਜਾਂ ਮੈਨੂੰ ਥੋੜਾ ਜਿਹਾ ਹਰ ਬੰਦਾ ਆਪਣੇ ਆਪ ਦੇ ਵਿੱਚ ਮਹਿਸੂਸ ਕਰ ਲੈਂਦਾ ਹਮਮ ਉਹਨੂੰ ਡਿਸਕਸ ਕਰੋ ਹਮਮ ਲਾਈਫ ਨੂੰ ਐਕਸਪ੍ਰੈਸ ਕਰੋ ਇਮਪ੍ਰੈਸ ਨਾ ਕਰੋ ਬਿਲਕੁਲ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਆਹ ਗੱਲ ਮੈਨੂੰ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੀ ਪ੍ਰੋਗਰੈਸ ਹੈ ਉਹ ਜੈਲਸੀ ਨੂੰ ਜਨਮ ਦਿੰਦੀ ਹੈ ਹਮਮ ਠੀਕ ਹੈ ਨਾ ਤੇ ਜਿਹੜੀ ਸਿੰਪਥੀ ਆ ਉਹ ਆਪਣੇ ਆਪ ਨੂੰ ਆਪਣੇ ਤੋਂ ਜਨਮ ਦਿੰਦੀ ਆ ਤੁਸੀਂ ਕਿਸੇ ਨਾਲ ਗਲਤ ਕਰਕੇ ਦੇਖੋ ਵੀ ਪਾਈ ਮੈਨੂੰ ਆ ਪ੍ਰੋਬਲਮ ਹੂੰ ਠੀਕ ਹੈ ਨਾ ਜੇ ਤੁਸੀਂ ਉਹ ਕਹਿੰਦੇ ਨਾ ਵੀ ਜੇ ਯਾਰਾਂ ਨਾਲ ਦਿਲ ਫੋਲੇਗਾ ਤੇ ਫਿਰ ਤੈਨੂੰ ਸਰਜਨ ਕੋਲ ਦਿਲ ਨਹੀਂ ਉਹਨੂੰ ਨਹੀਂ ਫੋਲਣਾ ਪਊ ਫੋਲਣਾ ਕੋ ਠੀਕ ਹੈ ਨਾ ਬਿਫੋਰ ਇਟਸ ਗੈਟ ਟੂ ਲੇਟ ਹੂੰ ਕਿ ਉਹ ਪਾਣੀ ਤੁਸੀਂ ਰੋਕੀ ਰਹਿੰਦੇ ਰੋਕੀ ਰੱਖੇ ਰਹੇ ਤੇ ਉਹ ਬਾੜ ਵਾਂਗੂ ਸਾਰਾ ਬੰਦੀ ਤੋੜ ਦੇ ਤੇ ਤੁਹਾਨੂੰ ਵਹਾ ਕੇ ਲੈ ਜੇ ਹਨਾ ਬਿਲਕੁਲ ਲੋਕੀ ਕਿੰਨੇ ਕਨੇ ਹੀ ਨੀਅਸ ਕ੍ਰਾਈਮ ਕਰ ਲੈਂਦੇ ਨੇ ਕਿਉਂ ਕਰ ਲੈਂਦੇ ਕਿਉਂਕਿ ਉਹਨੂੰ ਨਪਤੇ ਰੇਂਦਰ ਨਪਤੇ ਰੇਂਦਰ। ਓਕੇ ਨਾ ਪਹਿਲੇ ਕੁਝ ਕਹਿਣਾ ਨਹੀਂ। ਹੂੰ ਤੇ ਜਦੋਂ ਕਹਿਣਾ ਫਿਰ ਸਿੱਧਾ ਅਗਲੇ ਦਾ ਸੇਰੀ ਪਾੜ ਦੇਣਾ। ਫਿਰ ਰਹਿਣਾ ਨਹੀਂ। ਉਹ ਕੰਮ ਨਹੀਂ ਕਰ ਤੂੰ। ਫਿਰ ਪਿੱਛੇ ਰਹਿਣਾ। ਠੀਕ ਹੈ ਨਾ। ਜਦੋਂ ਤੁਹਾਨੂੰ ਮਹਿਸੂਸ ਹੋਵੇ ਸਭ ਤੋਂ ਪਹਿਲੇ ਆਪਣੇ ਲਾਈਫ ਪਾਰਟਨਰ ਨਾਲ ਡਿਸਕਸ਼ਨ ਕਰੋ। ਜੀ। ਵੀ ਮੈਨੂੰ ਆ ਚੀਜ਼ ਮਹਿਸੂਸ ਹੋ ਰਹੀ ਹੈ। ਹਾਂ। ਮੈਨੂੰ ਇੱਥੇ ਸੈਟੀਸਫੈਕਸ਼ਨ ਨਹੀਂ ਬਲੇ। ਸੰਤੋਸ਼ਮ ਪਰਮ ਸੁਖਮ। ਹੂੰ ਵੀ ਮੈਂ ਸੈਟੀਸਫਾਈ ਨਹੀਂ ਹੈਗਾ। ਬਿਲਕੁਲ। ਠੀਕ ਹੈ। ਹੂੰ ਫਿਰ ਕਿਸੇ ਡਾਕਟਰ ਦੀ ਸਲਾਹ ਲਓ ਯਾਰਾਂ ਦੋਸਤਾਂ ਨਾਲ ਗੱਲਬਾਤ ਕਰੋ ਹੂੰ ਉਹਨੂੰ ਦੱਬੋ ਨਾ ਬਿਲਕੁਲ ਮੈਂ ਜੇ ਜੱਸੀ ਭਾਈ ਅੱਜ ਦਾ ਨਿਚੋੜ ਕੱਢਾਂ ਤਾਂ ਜਿਹੜੀ ਜਿਹੜੀ ਇੱਕ ਤੁਸੀਂ ਵੀ ਆਪਣੀ ਜ਼ਿੰਦਗੀ 'ਚ ਅਪਲਾਈ ਕਰਦੇ ਹੋ ਤੇ ਮੈਂ ਵੀ ਕਰਦਾ ਆਪਣੀ ਜ਼ਿੰਦਗੀ 'ਚ ਮੈਂ ਉਹ ਕਹਿਣਾ ਚਾਹੂੰਗਾ ਕਿ ਇੱਕ ਤਾਂ ਸਭ ਤੋਂ ਪਹਿਲਾਂ ਆਪਣੀਆਂ ਲੋੜਾਂ ਪਛਾਣੋ ਵੱਡੀਆਂ-ਵੱਡੀਆਂ ਜਿਹੜੀਆਂ ਖੁਆਇਸ਼ਾਂ ਆ ਉਹਨਾਂ ਨੂੰ ਮਤਲਬ ਖੁਆਇਸ਼ਾਂ ਦਾ ਤੇ ਅੰਤ ਹੈ ਹੀ ਕਿਤੇ ਨਹੀਂ ਇਸ ਕਰਕੇ ਲੋੜਾਂ ਪਛਾਣੋ ਤਾਂ ਲੋੜਾਂ ਪੂਰੀਆਂ ਕਰਕੇ ਫਿਰ ਜ਼ਿੰਦਗੀ ਦਾ ਕਿਉਂਕਿ ਹਰੇਕ ਚਾਹੇ ਕੋਈ ਮਿਲੇ ਨੇਰ ਆ ਕੋਈ ਗਰੀਬ ਆ ਹਰੇਕ ਕੋਲ 24 ਘੰਟੇ ਆ ਆਪਣੇ 24 ਘੰਟੇ ਤੁਸੀਂ ਕਰਦੇ ਕੀ ਹੋ ਉਹ ਪਛਾਣੋ ਕਿਉਂਕਿ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਉਹਦੀ ਸੈਗਮੈਂਟੇਸ਼ਨ ਬਹੁਤ ਜ਼ਰੂਰੀ ਆ ਉਹਦੀ ਸੈਗਮੈਂਟੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਆ ਆਪਣੀ ਫੈਮਿਲੀ ਲਾਈਫ ਨੂੰ ਪ੍ਰਾਇੋਰਟੀ ਦਿਓ ਆਪਣੇ ਬੱਚਿਆਂ ਨੂੰ ਪ੍ਰਾਇੋਰਟੀ ਦਿਓ ਕੰਮ ਜ਼ਰੂਰੀ ਆ ਪਰ ਜਿੰਨਾ ਕਤਾਨੀਆਂ ਲੋੜਾਂ ਪੂਰੀਆਂ ਕਰਦਾ ਉਹਨਾਂ ਕੰਮ ਕਰੋ ਤੇ ਨਾਲ ਦੀ ਨਾਲ ਮੈਡੀਟੇਸ਼ਨ ਜਿਮ ਐਕਸਰਸਾਈਜ਼ ਇਹ ਕਿਤੇ ਨਾ ਕਿਤੇ ਅੱਧਾ ਘੰਟਾ ਤੁਸੀਂ ਕਰੋ ਤੇ ਉਹਦੇ ਨਾਲ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਹੈਲਥ ਦਾ ਫਾਰਮੂਲਾ ਜਿਦਾਂ ਮੈਂ ਕਹਿੰਦਾ ਕੋਈ ਵੀ ਕੰਮ ਕਰਦੇ ਨੇ ਜਦੋਂ ਬੇਸਿਕ ਰੂਲ ਜਦੋਂ ਤੁਸੀਂ ਟਰੱਕ ਚਲਾਉਂਦੇ ਹੋ ਜਹਾਜ਼ ਚਲਾਉਂਦੇ ਹੋ ਤੁਹਾਨੂੰ ਬੇਸਿਕ ਰੂਲ ਸਮਝਾਏ ਜਾਂਦੇ ਨੇ ਹਾਂ ਉਸੇ ਤਰ੍ਹਾਂ ਵੀ ਤੁਸੀਂ ਅੱਜ ਕੋਈ ਚੀਜ਼ ਸ਼ੁਰੂ ਕਰਦੇ ਹੋ ਤੁਹਾਨੂੰ ਕੱਲ ਉਹਦੇ ਰਿਜ਼ਲਟ ਨਹੀਂ ਮਿਲਣਗੇ ਯੂ ਵਿਲ ਵਿਨ ਡੈਫੀਨੇਟਲੀ ਹੂੰ ਬਟ ਨਾਟ ਇਮੀਡੀਏਟਲੀ ਇਹ ਕਛੂਏ ਤੇ ਖਰਗੋਸ਼ ਦੀ ਦੌੜ ਵਾਲੀ ਗੱਲ ਆ ਕਿ ਹੌਲੀ ਹੌਲੀ ਜਦੋਂ ਕਹਿੰਦੇ ਹੁੰਦੇ ਕਿ ਆਪਾਂ ਪੈਰ ਪੁੱਟ ਲਈਏ ਤੇ ਮੰਜ਼ਲ ਤੱਕ ਪਹੁੰਚ ਜਾਂਦੇ ਆ ਪਰ ਜੇ ਸਾਨੂੰ ਲੱਗੇ ਕਿ ਅਸੀਂ ਪਹੁੰਚਣਾ ਹੀ ਪਹਿਲੇ ਦੇਨੇ ਤੇ ਉਹ ਕਦੀ ਵੀ ਹੁੰਦਾ ਨਹੀਂ ਆ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਹਮੇਸ਼ਾ ਕਦਮ ਪੁੱਟਣ ਦਾ ਨਾਂ ਆ ਜਿਹੜੀ ਚੇਂਜ ਇਜ਼ ਲਾਈਫ ਤੁਸੀਂ ਆਪਣੇ ਆਪ ਚ ਚੰਗਾ ਬਦਲਾ ਲਿਆਓ ਚੰਗੀਆਂ ਆਤਾਂ ਪਾਲੋ ਤੇ ਜਿਹੜੀ ਫੈਮਿਲੀ ਆ ਆਪਣੇ ਬੱਚੇ ਆ ਉਹਨਾਂ ਨੂੰ ਟਾਈਮ ਦੋ ਤਾਂ ਮੈਨੂੰ ਲੱਗਦਾ ਕਿ ਜਿਹੜੀ ਡਿਪਰੈਸ਼ਨ ਹੈ ਐਂਗਜ਼ਾਈਟੀ ਹੈ ਉਹ ਆਪਣੇ ਆਪ ਜਿਹੜੀ ਜਿਹੜੇ ਕੀ ਕਹਿੰਦੇ ਹੁੰਦੇ ਆ ਕਿ ਜ਼ਿੰਦਗੀ ਚ ਉੱਡ ਜਾਂਦੀ ਆ ਤੇ ਜਸੀ ਭਾਈ ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਸਾਡੇ ਦਰਸ਼ਕਾਂ ਨੂੰ ਤੇ ਸਿੱਖਣ ਨੂੰ ਇਤੋਂ ਤੁਹਾਡੀਆਂ ਗੱਲਾਂ ਤੋਂ ਬਹੁਤ ਖੁਸ਼ ਮਿਲਿਆ ਹੋਊਗਾ ਆਪਾਂ ਦੁਬਾਰਾ ਤੁਹਾਨੂੰ ਸੱਦਾ ਦੇਵਾਂਗੇ ਕਿਉਂਕਿ ਆਪਾਂ ਇੱਥੇ ਦੁਬਾਰਾ ਦੁਬਾਰਾ ਜਿਹੜਾ ਹੋਗਾ ਆ ਉਹ ਦਿੰਦੇ ਰਹਿਣਾ ਹੈ ਤੇ ਬਹੁਤ ਬਹੁਤ ਧੰਨਵਾਦ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਕੋਈ ਵੀ ਸਾਡਾ ਵੀਰ ਹੈ ਭੈਣਾਂ ਬਜ਼ੁਰਗ ਨੇ ਉਹ ਸਾਨੂੰ ਇਹ ਜ਼ਰੂਰ ਦੱਸਣ ਵੀ ਇਹ ਕੰਮ ਇਦਾਂ ਹੋਰ ਵਧੀਆ ਕੀਤਾ ਜਾ ਸਕਦਾ ਸੀ ਉਹਨਾਂ ਦੇ ਬਹੁਤ ਅਭਾਰੀ ਰ੍ਹਾਂਗੇ ਕਿਉਂਕਿ ਇੱਦਾਂ ਆਪਾਂ ਇੱਕ ਇਸ ਕੀਤੇ ਨਾਲ ਜੁੜੇ ਆਂ ਜੀ ਸਟੱਡੀ ਕੀਤੀ ਹੈ ਤਾਂ ਆਪਣੀ ਤੁਚ ਬਧੀ ਅਨੁਸਾਰ ਜੋ ਸਾਨੂੰ ਸਹੀ ਲੱਗਦਾ ਉਹ ਅਸੀਂ ਡਿਸਕਸ ਕੀਤਾ ਹੈ ਹਨਾ ਬਿਲਕੁਲ ਤੇ ਕਿਦਾਂ ਹੋਰ ਆਪਾਂ ਬੈਟਰ ਕਰ ਸਕਦੇ ਜੇ ਸਾਨੂੰ ਕੋਈ ਦੱਸੇ ਤਾਂ ਸਾਨੂੰ ਹੋਰ ਵੀ ਵਧੀਆ ਲੱਗੇਗਾ ਬਿਲਕੁਲ ਹਨਾ ਤਾਂ ਬਹੁਤ ਬਹੁਤ ਧੰਨਵਾਦ ਜਸੀ ਬਾਈ ਤੁਹਾਡਾ ਥੈਂਕ ਯੂ ਜੀ ਸੋ ਇਹ ਨੇ ਜੱਸੀ ਭਾਈ ਜਸਵਿੰਦਰ ਭਾਈ ਹੁਣੇ ਜਿਹੜੇ ਇੱਕ ਜਿਹੜੇ ਪ੍ਰੋਫੈਸ਼ਨਲ ਕਾਉਂਸਲਰ ਆ ਜਿਨ੍ਹਾਂ ਨੇ ਮੈਂਟਲ ਹੈਲਥ ਦੇ ਨਾਲ ਕੰਮ ਕਰਦੇ ਆ ਡੀਲ ਕਰਦੇ ਆ ਸੋ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਬਹੁਤ ਕੁਝ ਤੁਹਾਨੂੰ ਮੈਨੂੰ ਯਕੀਨ ਆ ਕਿ ਸਿੱਖਾਂ ਨੂੰ ਮਿਲਿਆ ਹੋਊਗਾ ਤੇ ਇਸ ਪੌਡਕਾਸਟ ਦੀ ਫੀਡਬੈਕ ਸਾਡੇ ਤੱਕ ਜਰੂਰ ਪਹੁੰਚਾਓ ਕਿ ਇਹਦੇ ਵਿੱਚ ਜੇ ਤੁਹਾਨੂੰ ਕੋਈ ਕਮੀ ਲੱਗੀ ਜਿਦਾਂ ਜਸੀ ਬਾਈ ਨੇ ਕਿਹਾ ਕਿ ਇਹ ਹਰ ਚੀਜ਼ ਦੇ ਵਿੱਚ ਜੇ ਕੋਈ ਕਮੀ ਰਹਿ ਜਾਂਦੀ ਹੈ ਤਾਂ ਉਹਦੀ ਸਾਨੂੰ ਜਾਣਕਾਰੀ ਦਿਓ ਤਾਂ ਜੋ ਅਸੀਂ ਇਸੀ ਤੇ ਜੇ ਕੋਈ ਮੁੱਦਾ ਇਦਾਂ ਦਾ ਰਹਿ ਗਿਆ ਜੇ ਕੋਈ ਸਵਾਲ ਤੁਹਾਡੀ ਦਿਮਾਗ ਦੇ ਵਿੱਚ ਹੈ ਜੇਦਾ ਤੁਹਾਨੂੰ ਜਵਾਬ ਨਹੀਂ ਮਿਲ ਰਿਹਾ ਤਾਂ ਕੋਸ਼ਿਸ਼ ਕਰਾਂਗੇ ਅਸੀਂ ਉਸ ਸਵਾਲ ਦਾ ਜਵਾਬ ਦੇਣ ਦੀ ਸੋ ਆਪਣੇ ਸਵਾਲ ਸਾਡੇ ਤੱਕ ਜਰੂਰ ਪਹੁੰਚਾਓ ਤੇ ਡਾਇਸ ਮੇਰੀ ਬੇਨਤੀ ਐਂਡ ਤੇ ਇਹ ਆ ਕਿ ਇਸ ਪੌਡਕਾਸਟ ਨੂੰ ਜੇ ਚੰਗਾ ਲੱਗਾ ਤੇ ਵਾਤ ਤੁਸੀਂ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ